एआरपी 1550 एएम ते तुहाडा स्वागत है। मैं तुहाडा मेजबान हरजीत सिंह गिल। 12:36 होए ने, शुक्रवार का दिन है, 30 अप्रैल 2021 का। 18 वैसाख नानक संमत 553 निका, हार्दिक स्वागत है जी। अज की लोक सभा अहम घटनावां गल्लां बातां गीत संगीत सुरग के मसलों से गलबात। पहले हिस्से दे विच मैं सरदार जरनैल हरि सिंह नलवे बारे कुछ गलबात करनी चाहना। अज के दिन जमरौत के किले चो शहीद होए सी, उन्हां दी जिंदगी दे बारे थोड़े जे कोशिश करांगा कि कुछ दस सकां। ते दूसरे हिस्से विच मेरा पिंड मेरे खेत च अज कुछ सुनाउने आ गलबात नवीं। 1-8-44-247-1550 ऑनलाइन नंबर हैगा, 1-8-4-4-2-4-7-1-5-5-0। KRPRadio.com ते सीधा प्रसारण चलता प्रोग्राम, रह जे तां यूट्यूब ते पाया हुंदा। यूट्यूब दा लोक सत्त दा पेज है, LOKSATH लोक सत्त, ते 604-729-1224 6047291224 यह मेरा नंबर है। थोनू व्हाट्सएप ते टैक्सट ले 604-729-1224। 3 मिनट लेट ली, कहते भी अज लेट फीस लग गई, कर दिने लेट होने। घा फूस दे रोट सी थप्पड़े समया दे अवतारा, कान्या ने सी महल कहाउणा श्री साहिब तलवारा। सत सुहाणा ते मसकीना अखर दा चौबारा, चौबारे तो हेठां उतर परखणियां सी तारा। कच्ची गड़ी चो की लभदा है रेता मिट्टी गारा, पर उस गड़ी चो की ना लभा कड़क दम कलिशकारा। एक दिन उड़दे बाज नूं कहिंदा नानक दा बणजारा, चीर ना सकदा चानण मित्रा इस दुनिया दा आरा। बैठण नूं सी तख्त बतेरे चंदन का सवारा, खालसिया ने करना सी परतारिया हेठ उतारा। खालसिया ने करना सी परतारिया हेठ उतारा, तारिया हेठ उतारा करदा खालसा, हरमनजीत लिखदा है। धन्यवाद जी, सोमवार नूं कोशिश करिया करांगा होर जल्दी शुरू करिया करां प्रोग्राम, पर तुहानूं पता है उधरों 11 बजे नबेड़ के फिर समां लगदा है, थोड़ा जिहा आराम भी चाहीदा। लगे हुए खाड़े च चाहे 2 घंटे होर लवा लो, फिर कुछ नहीं, जिथे उथे बैठे सी उथे होर लाउणे 1.5 घंटा उथे कोई औखा नहीं। नवा खाड़ा बनना खासा कम है। सा हरि सिंह नलवे का अज शहीदी दिन, योधे का 30 अप्रैल 1929 नूं जख्मी होया, 30 नूं शहीद होया जमरौत दे किले च। 12 दिनां तक दस्या ना कि सहरा योधे का निचोड़ के हर रोज पाउंदे रहे, पठान बाहर नूं झाकदे रहे। पिछा नलवे सरदार का उपल गोत है मजीठे का, खत्रियां दा परिवार उत्थे उपल गोत दा हरदास सिंह रहिंदा सी। इसे पिंड च जुड़दा है कि शेरे पंजाब महाराजा रणजीत सिंह दे नक्कड़ दादा जी जिहड़ा परदादा जी सॉरी परदादा जी नौद सिंह शुक्र चक्की है, वह ब्याहे हुए सी ਇਹ ਪਿੰਡ ਚ ਮਜੀਠੇ ਚ। ਸਰ ਨੌ ਸਿੰਘ ਸ਼ੱਕਰ ਚੱਕੀ ਆ ਸਰ ਗੁੱਡਾ ਸਿੰਘ ਦੇ ਪੁੱਤਰ ਸਨ। ਨੱਕੜ ਦਾਦਾ ਜੀ ਸਰ ਬੁੱਢਾ ਸਿੰਘ ਸੀ। ਸਰ ਬੁੱਢਾ ਸਿੰਘ ਉਹ ਨੇ ਜਿਹੜੇ 5 ਪਿਆਰਿਆਂ ਚ ਬੈਠੇ ਸੀ, ਜਦ ਜ਼ਕਰੀਏ ਨੇ ਨਵਾਬੀ ਭੇਜੀ ਉਸ ਸਮੇਂ, ਮਤਲਬ ਅੱਜ ਵਾਲੇ ਰਾਜੇ ਜਿਹਨਾਂ ਨੇ ਅੰਗਰੇਜ਼ਾਂ ਦੇ ਹੱਥ ਪੱਲਾ ਜੋੜ ਕੇ ਲਈਆਂ ਰਿਆਸਤਾਂ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਕਿਤਾਬਾਂ ਲਿਖਦੇ ਆ, ਜਿਨ੍ਹਾਂ ਦਾ ਖੂਨ ਹਰਵੀਂ ਸਦੀ ਦੇ ਵਿੱਚ ਜਾਂ ਸਿਰਾਂ ਦੇ ਮੁੱਲ ਪੈਂਦੇ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੈਠਾ ਤੇ ਜਦ ਜ਼ਕਰੀਆ ਨਵਾਬੀ ਭੇਜਦਾ ਸ਼ਵੇਕ ਸਿੰਘ ਉਹਨਾਂ ਕੋਲ, ਉਹ ਪਰਿਵਾਰ ਦੇ ਵਿੱਚੋਂ ਫਿਰ ਖਾਲਸਾ ਰਾਜ ਬਣਿਆ। ਸੋ ਪੜਦਾਦਾ ਜੀ ਸਰਦਾਰ ਨੌ ਸਿੰਘ ਸ਼ੁਕਰ ਚੱਕੀ ਐਸੇ ਪਿੰਡ ਵਿਆਹੇ ਹੋਏ ਸੀ, ਤੇ ਹਰਦਾਸ ਸਿੰਘ ਉਹਨਾਂ ਦੀ ਜਿਹੜੀ ਪੂਰੇ ਰਾਜ ਸਰਦਾਰ ਸੀ, ਤੇ ਮੁਗਲ ਫੌਜ ਦੇ ਨਾਲ ਉਹਨਾਂ ਦੀ ਜਿਹੜੀ ਲੜਾਈ ਸੀ, ਲੜਦੇ ਸੀ ਉਹ ਵੀ, ਇਧਰੋਂ ਵੀ ਬਾਬਾ ਬੁੱਢਾ ਸਿੰਘ ਉਹਨਾਂ ਦਾ ਵੀ ਜਿਹੜਾ
ਉਦੋਂ ਬਾਬਾ ਨੁਦਾ ਜਿਹੜਾ ਬਾਬਾ ਨਾਉ ਸਿੰਘ ਸ਼ੁਕਰ ਚੱਕੀਆ ਨੇ ਦਾ ਪੁੱਤਰ ਸਰ ਚਰਚ ਸਿੰਘ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਜੀ ਪੂਰਾ ਰਾਠ ਸੂਰਮਾ ਹੋਇਆ ਤੇ ਉਹ ਵੀ ਇਸ ਏਰੀਏ ਦੇ ਵਿੱਚ ਘੁੰਮਦਾ ਉਹਦੀ ਵੀ ਮੁਗਲਾਂ ਨਾਲ ਲੜਾਈ ਹੁੰਦੀ ਨਫ਼ਰੀ ਵਧਣ ਲੱਗੀ ਉਧਰੋਂ ਸਰਦਾਰ ਹਰਦਾਸ ਸਿੰਘ ਜਿਹੜਾ ਵੱਡਾ ਵਡੇਰਾ ਇਸ ਪਰਿਵਾਰ ਦਾ ਸਰਦਾਰ ਚੜ੍ਹ ਸਿੰਘ ਦੇ ਸਹੁਰੇ ਸਰਦਾਰ ਗੁਰਬਖਸ਼ ਸਿੰਘ ਬੜੈਚ ਜਿਹੜੇ ਨੇ ਉਹ ਰਾਬੀਓ ਪਾਰ ਗੁਜਰੌਲੀ ਦਾ ਇਲਾਕਾ ਤੇ ਆਸ ਪਾਸ ਦੇ ਪਿੰਡ ਫਤਿਹ ਕਰਕੇ ਪੱਕਾ ਡੇਰਾ ਕਰਤਾ। ਹਰਦਾਸ ਸਿੰਘ ਦਾ ਪਰਿਵਾਰ ਮਜੀਠੇ ਤੋਂ ਗੁਜਰਾਂ ਵਾਲੇ ਆ ਗਿਆ ਉੱਪਲਾਂ ਦਾ ਮਤਲਬ 1762 ਦੇ ਘੱਲੂ ਘਰ ਵੱਡੇ ਸਰਦਾਰ ਹਰਦਾਸ ਸਿੰਘ ਅਬਦਾਲੀ ਵਿਰੁੱਧ ਲੜਦਾ ਸ਼ਹੀਦ ਹੋਇਆ। ਬਰਾਬਰ ਪੈਰਲ ਚੱਲ ਰਹੀ ਹੈਗਾ ਤੇ ਬਾਬਾ ਬੁੱਢਾ ਸਿੰਘ ਨੇ ਵੀ ਵੱਡੇ ਘੱਲੂ ਘਰ ਦੇ ਵਿੱਚ ਜਿਹੜਾ ਆਪਣਾ ਜਿਹੜਾ ਯੋਗਦਾਨ ਜਿਹੜਾ ਜਾਂ ਚੜ੍ਹ ਸਿੰਘ ਹੋਣਾ ਸਰ ਤੇ ਉਹਦੇ ਬਾਅਦ ਗਾਂ ਹਰਦਾਸ ਸਿੰਘ ਦਾ ਪੁੱਤਰ ਗੁਰਦਿਆਲ ਸਿੰਘ ਵੀ ਇੰਨੀ ਚੜ੍ਹਤ ਸੀ ਉਹਦੀ ਤਾਂ ਫਿਰ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਸਰ ਚੜ੍ਹਤ ਸਿੰਘ ਨੇ ਆਪਣੀ ਮਿਸਲ ਦੇ ਵਿੱਚ ਉਹਨੂੰ ਕੁੰਮੇਦਾਨ ਜਿਹੜਾ ਬਣਾ ਦਿੱਤਾ। ਗੁਰਦਿਆਲ ਸਿੰਘ ਨੇ ਚੜ੍ਹ ਸਿੰਘ ਤੇ ਉਸਦੇ ਪੁੱਤਰ ਮਹਾਂ ਸਿੰਘ ਸ਼ੁਕਰ ਚੱਕੀਏ ਦੀ ਹਰ ਮੁਹਿੰਮ ਦੇ ਵਿੱਚ ਪਿਤਾ ਜੀ ਨੇ ਹਰੀ ਸਿੰਘ ਨਲਵਾ ਨੇ ਗਾਹਾਂ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਤੇ ਪਿਤਾ ਜੀ ਦੇ ਨਾਲ ਹਰ ਕੰਮ ਚ ਤੇ 1791 ਦੇ ਵਿੱਚ 1791 ਦੇ ਵਿੱਚ ਯੋਧਾ ਜਿਹੜਾ ਪੈਦਾ ਹੋਇਆ ਗੁਜਰਾਲੇ 1791 ਦੇ ਵਿੱਚ ਹਰੀ ਸਿੰਘ ਨਲਵੇ ਦਾ ਜਿਹੜਾ ਜਨਮ ਹੈ ਤੇ ਗੁਰਸਿੱਖੀ ਵਿਰਾਸਤ ਚ ਮਿਲੀ। ਮਾਤਾ ਧਰਮ ਕੌਰ ਜਿਹੜੀ ਹੈ ਧਰਮ ਵਾਲੇ ਪਾਸੇ ਪੂਰੀ 5 ਸਾਲ ਦੀ ਉਮਰ ਚ ਗੁਰਮੁਖੀ ਸਿੱਖਣ ਲਈ ਗੁਜਰਾਲੇ ਦੀ ਧਰਮਸ਼ਾਲਾ ਚ ਹਰੀ ਸਿੰਘ ਨਲਵੇ ਨੂੰ ਭੇਜਿਆ ਗਿਆ। 7 ਸਾਲ ਇਹ ਲੱਗੇ ਸੀ ਕਿ ਪਿਤਾ ਜੀ ਗੁਰਦਿਆਲ ਸਿੰਘ ਬਿਮਾਰ ਰਹਿਣ ਕਰਕੇ ਪੂਰੇ ਹੋ ਗਏ। ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਣੇਵੇ ਕੋਲ ਨੂੰ ਆਪਣੇ ਕੋਲ ਲੈ ਗਿਆ ਤੇ ਇੱਥੇ ਹਰੀ ਸਿੰਘ ਨਲਵੇ ਨੇ ਫਾਰਸੀ ਸਿੱਖੀ। ਬਹੁਤ ਤੇਜ ਬੁੱਧੀ ਦਾ ਮਾਲਕ ਸੀ, ਫਾਰਸੀ ਚ ਨਿਪੁੰਨ, ਤੇਜ਼ੀ ਨਾਲ ਫਾਰਸੀ ਲਿਖਦਾ ਤੇ ਜਦ ਗਵਰਨਰ ਬਣ ਗਏ ਸੀ ਪਿਸ਼ਾਵਰ ਦੇ ਤਾਂ ਪਸ਼ਤੋ ਵੀ ਬਹੁਤ ਸੀ। 10 ਸਾਲ ਦੀ ਉਮਰ ਚ ਹਰੀ ਸਿੰਘ ਜਰਨੈਲ ਨੇ ਖੰਡੇ ਬਾਟੇ ਦੀ ਪਹੁਲ ਜਿਹੜੀ ਛਕੀ ਤੇ ਜੰਗੀ ਕਸਬ ਚ ਮਹਾਰਤ, 12-13 ਸਾਲ ਦੀ ਉਮਰ ਚ ਤਲਵਾਰਬਾਜ਼ੀ, ਘੋੜਸਵਾਰੀ, ਨੇਜਾਬਾਜ਼ੀ ਐਨ ਕੈਮ ਪੂਰਾ, ਤੀਰ ਤੇ ਬੰਦੂਕ ਦਾ ਜਿਹੜਾ ਨਿਸ਼ਾਨਾ ਪੂਰਾ ਫੁੰਡ ਦਾ। ਉਧਰ ਲਾਹੌਰ ਦੇ ਤਖ਼ਤ ਤੇ ਸ਼ੁਕਰ ਚੱਕੀਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹਿ ਗਿਆ। ਹਰੀ ਸਿੰਘ ਦੇ ਪਿਓ ਦਾਦੇ ਨੇ ਰਣਜੀਤ ਸਿੰਘ ਦੇ ਦਾਦੇ ਪੜਦਾਦੇ ਨਾਲ ਦੇ ਨਾਲ ਰਲ ਕੇ ਮੈਦਾਨ ਫਤਿਹ ਕੀਤੇ ਤੇ ਹਰੀ ਸਿੰਘ ਦੇ ਅੰਦਰ ਵੀ ਖੂਨ ਸੀ। ਲਾਹੌਰ ਚ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੁੰਦਾ ਉਹਦੇ ਚ ਫਿਰ ਖਾਲਸੇ ਜਾਹੋ ਜਲਾਲ ਹੁੰਦੇ ਤੇ ਯੋਧੇ ਉੱਥੇ ਮੈਦਾਨ ਜਾਂ ਸਜਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਵੇਖਦਾ। ਜਦ ਜੌਹਰ ਇਹਦੇ ਵਿੱਚ ਦਿਖਾਏ ਤਾਂ ਕੋਲ ਸੱਦ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਗਰ ਖੇੜਾ ਪੁੱਛਿਆ ਤਾਂ ਸ਼ੇਰੇ ਪੰਜਾਬ ਨੂੰ ਜਾਣ ਕੇ ਖੁਸ਼ੀ ਹੋਈ ਇਹ ਗੁਰਦਿਆਲ ਸਿੰਘ ਕੁੰਮੇਦਾਨ ਦਾ ਪੁੱਤ, ਬੇਸ਼ਕੀਮਤੀ ਕੈਂਠਾ ਲਾ ਕੇ ਹੱਥੀ ਹਰੀ ਸਿੰਘ ਜਿਹੜਾ ਦੇ ਗਲ ਬੰਨ ਤੇ ਨਾਲ ਆਪਣਾ ਅੰਗ ਰੱਖਿਅਕ ਉਸਨੂੰ ਬਣਾਇਆ ਤੇ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਰਾਵੀ ਤੇ ਸਤਲੁਜ ਦੇ ਦਰਮਿਆਨ ਇਲਾਕੇ ਚ ਸ਼ਿਕਾਰਾਂ ਨੂੰ ਜਾਂਦੇ ਤਾਂ ਸੰਘਣੇ ਜੰਗਲ ਜਾਂ ਸ਼ੇਰ ਨਿਕਲਦਾ ਤਾਂ ਉਹ ਤੇ ਗੋਲੀ ਨਾ ਚਲਾਉਂਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਢਾਲ ਤਲਵਾਰ ਜਾਂ ਬਰਸ਼ੀ ਲੈ ਕੇ ਉਹਦੇ ਤੇ ਹੁਕਮ ਕਰਦਾ ਵੀ ਚੜ੍ਹ ਜਾਓ ਇਹਦੇ ਤੇ, ਕਈ ਜ਼ਖਮੀ ਵੀ ਹੁੰਦੇ ਤੇ 1804 ਦੀ ਗੱਲ ਹੈ। 15ਵਾਂ ਸਾਲ ਸੀ ਯੋਧੇ ਦਾ ਜਰਨੈਲ ਹਰੀ ਸਿੰਘ ਦਾ। ਜਦ ਸ਼ਿਕਾਰ ਖੇਲਣ ਗਏ ਤਾਂ ਇੱਕ ਚੀਤੇ ਨੇ ਹਰੀ ਸਿੰਘ ਤੇ ਹਮਲਾ ਕੀਤਾ। ਹਮਲਾ ਇੱਡੀ ਤੇਜ਼ੀ ਨਾਲ ਹੋਇਆ ਕਿ ਕਿਰਪਾਨ ਨਾ ਕੱਢਣ ਦਾ ਸਮਾਂ ਮਿਲਿਆ ਤਾਂ ਕੁਛ ਲਿਖਾਰੀਆਂ ਨੇ ਕਿਹਾ ਵੀ ਘੋੜਾ ਵੀ ਜਾਇਆ ਹੈ। ਫਿਰ ਸਰਦਾਰ ਨੇ ਚੀਰਾ ਕਰਕੇ ਦੋਨੇ ਹੱਥਾਂ ਚ ਚੀਤੇ ਦਾ ਜਵਾੜਾ ਫੜਿਆ, ਪੁਆਟੀ ਮਾਰੀ, ਜ਼ਮੀਨ ਤੇ ਸੁੱਟਿਆ ਤੇ ਫੇਰ ਤਲਵਾਰ ਕੱਢ ਕੇ ਚੀਤੇ ਦਾ ਗਰਦਨ ਸਿਰ ਜਿਹੜਾ ਧੜ ਤੋਂ ਅਲੱਗ ਕਰ।
ਸ਼ੇਰੇ ਪੰਜਾਬ ਨੇ ਬਹਾਦਰੀ ਵੇਖ ਕੇ ਫੇਰ ਕਿਹਾ ਵਾਹ ਮੇਰੇ ਰਾਜਾ ਨਲ ਵਾਹ। ਤੇ ਪੁਰਾਣੇ ਲੋਕ ਗੀਤਾਂ ਚ ਨਲ ਨੇ ਵੀ ਬਚਪਨ ਦੇ ਸ਼ੇਰ ਮਾਰ ਕੇ ਇਹ ਗੱਲ ਕੀਤੀ। ਉਸ ਤੋਂ ਜਿਹੜਾ ਨਲਵਾ ਇਸ ਨੂੰ ਬਣ ਗਿਆ ਤੇ ਰੈਜੀਮੈਂਟ ਦਾ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਸਿੰਘ ਜਨਰਲ ਹਰੀ ਸਿੰਘ ਨਲਵੇ ਨੂੰ ਬਣਾਇਆ। ਵਪਾਰਕ ਸੰਦੇਸ਼ ਲੈ ਲਈਏ, ਮੁੜ ਕੇ ਆਉਣਾ ਇੱਥੋਂ ਹੀ ਚੱਲਦੇ ਹਾਂ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਜਰਨੈਲ ਜਿਹੜਾ ਉਸਦੀ ਗੱਲਬਾਤ ਤੁਹਾਨੂੰ ਸੁਣਾ ਰਿਹਾ ਮੈਂ ਅੱਜ। ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਸ਼ਹੀਦੀ ਤੱਕ ਆਪਾਂ ਚੱਲਾਂਗੇ। 1804 ਚ ਹਰੀ ਸਿੰਘ ਨਲਵਾ ਮਹਾਰਾਜ ਦੇ ਨਿੱਜੀ ਸੇਵਕ ਤੋਂ ਤਰੱਕੀ ਕਰਕੇ ਸਰਦਾਰੀ ਤੱਕ ਆ ਗਿਆ। ਨਲਵੇ ਸਰਦਾਰ ਨੂੰ ਸ਼ੇਰ ਦਿਲ ਰੈਜੀਮੈਂਟ ਦਾ ਸਰਦਾਰ ਬਣਾਇਆ। 800 ਦੇ ਕਰੀਬ ਘੋੜਸਵਾਰ ਤੇ ਪੈਦਲ ਸਿਪਾਹੀ। ਸ਼ੇਰੇ ਪੰਜਾਬ ਬਹਾਦਰੀ ਦਾ ਬਹੁਤ ਕਾਇਲ ਸੀ ਹਰੀ ਸਿੰਘ ਨਲਵੇ ਜੀ ਦਾ। ਸਤਲੁਜ ਪਾਰ ਦੇ ਇਲਾਕਿਆਂ ਚ ਰੋਕ ਕੀਤਾ 1806 ਚ ਤੇ ਦੀਵਾਨ ਮੋਹਕਮ ਚੰਦ ਸਰਦਾਰ ਹਰੀ ਸਿੰਘ ਨਲਵੇ ਦੇ ਸਰਦਾਰਾਂ ਦੀ ਕਮਾਨ ਥੱਲੇ ਫਿਰੋਜ਼ਪੁਰ ਤੋਂ ਲੈ ਕੇ ਲੱਖੀ ਜੰਗਲ ਤੱਕ ਦਾ ਇਲਾਕਾ ਫਤਿਹ ਕੀਤਾ। ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੇ ਸਥਾਨ ਤੇ ਸਰੋਵਰ ਪੱਕਾ ਬਣਾਇਆ ਗਿਆ। ਇੱਕ ਬਾਹੀ ਦਾ ਖਰਚ ਸਰਦਾਰ ਹਰੀ ਸਿੰਘ ਨੇ ਕੀਤਾ। ਕਸੂਰ ਦਾ ਨਵਾਬ ਕੁਤਬਦੀਨ ਤੇ ਮੁਲਤਾਨ ਦਾ ਨਵਾਬ ਮੁਜ਼ੱਫਰ ਖਾਂ ਉਹ ਗੱਲਾਂ ਭੁੱਖੀਆਂ ਕਰਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਿਹਾਲ ਸਿੰਘ ਅਟਾਰੀ ਵਾਲਾ, ਧੰਨਾ ਸਿੰਘ ਮਲਵਈ, ਜੋਧ ਸਿੰਘ ਰਾਮਗੜੀਆ, ਬਾਬਾ ਫੂਲਾ ਸਿੰਘ ਅਕਾਲੀ, ਹਰੀ ਸਿੰਘ ਨਲਵਿਆਂ ਨੂੰ ਕਿਹਾ ਵੀ ਕਸੂਰ ਘੇਰ ਲਓ। ਕਸੂਰੀਆ ਨਵਾਬ ਵੀ 25,000 ਮੁਲਕੀਏ ਨਾਲ ਅੰਦਰ ਬੈਠਾ। ਕਸੂਰ ਦਾ ਬਾਹਰਲਾ ਮੈਦਾਨ ਖਾਲਸੇ ਨੇ ਹੱਥ ਕਰ ਲਿਆ। 200 ਗਾਜੀ ਕੈਦ ਤੇ 5 ਤੋਪਾਂ ਤੇ ਹੋਰ ਸਮਾਨ ਬਹੁਤ ਹੱਥ ਲੱਗ ਗਿਆ ਹਰੀ ਸਿੰਘ ਨਲਵੇ। ਹੁਣ ਮਜ਼ਬੂਤ ਕਿਲਾ ਸੀ ਬਹੁਤ। 27 ਫਰਵਰੀ 1807 ਦੀ ਰਾਤ ਨੂੰ ਸਰਦਾਰ ਨਲਵੇ ਨੇ ਜਵਾਨਾਂ ਦੇ ਨਾਲ ਲੈ ਕੇ 3-4 ਥਾਵਾਂ ਤੇ ਸੁਰੰਗਾਂ ਪੱਟ ਕੇ ਨਾ ਬਰੂਦ ਦੇ ਕੁੱਪੇ ਦੱਬਤੇ। ਸੁਰੰਗਾਂ ਦੇ ਫਟਣ ਨਾਲ ਕਿਲੇ ਦੀ ਦੀਵਾਰ ਢਹਿ ਗਈ। ਖਾਲਸਾ ਵੜ ਗਿਆ ਅੰਦਰ ਜਾ ਕੇ। ਨਵਾਬ ਬੰਨ ਲਿਆ। ਮਹਾਰਾਜ ਸਾਹਿਬ ਆਏ, ਉਹਨਾਂ ਨੇ ਥਲਵਾ ਤੇ ਬਾਹਾਂ ਖੜਵਾਤੀਆਂ, ਕਹਿੰਦੇ ਛੱਡ ਦੇ। ਸਤਲੁਜ ਪਾਰ ਮਮਦੋੜ ਦੇ ਪ੍ਰਗਣੇ ਚ 22 ਪਿੰਡਾਂ ਦੀ ਜ਼ਮੀਨ ਕਸੂਰ ਦੇ ਨਵਾਬ ਨੂੰ ਦਿੱਤੀ। ਇਹ ਆ ਸ਼ੇਰੇ ਪੰਜਾਬ, ਇਹਨੂੰ ਮਹਾਰਾਜਾ ਸਾਹਿਬ ਕਿਹਾ ਕਰੋ, ਇੱਥੇ ਹੋਣ ਵਾਲਿਆਂ ਨੂੰ ਮਹਾਰਾਜਾ ਸਾਹਿਬ ਕਹੀ ਜਾਂਦੇ। ਬਹੁਤ ਗੁਲਾਮੀ ਕਈਆਂ ਦੇ ਭਰੀ, ਮਹਾਰਾਜਾ ਸਾਹਿਬ ਚੀਜ਼ਾਂ ਮੁੱਕੀਆਂ ਹੋਈਆਂ ਨੂੰ ਵੀ ਕਹੀ ਜਾਂਦੇ। ਇਸ ਜਿੱਤ ਤੋਂ 3,000 ਰੁਪਏ ਦੀ ਜਗੀਰ ਸਰਦਾਰ ਇਨਾਮਦਾਰ, ਚਲੋ ਉੱਥੇ ਜਿਹੜਾ ਨੇੜੇ ਫਿਰਦਾ ਝੂਟਾ ਝਾਟਾ ਜਿਹਨੂੰ ਮਿਲਦਾ ਥੋੜਾ ਬਹੁਤਾ ਉਹ ਤਾਂ ਕਹੇ, ਅਰਛਫੇਰ ਨੇ ਜਿਹੜੇ ਉਹ ਵੀ ਮਹਾਰਾਜਾ ਸਾਹਿਬ ਕਹਿੰਦੇ। ਕਸੂਰ ਦੀ ਫਤਿਹ ਤੋਂ ਬਾਅਦ 1808 ਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਟੱਪ ਕੇ ਝੰਡੇ ਗੱਡਦਾ ਸੀ। ਮਲੇਰਕੋਟ ਦੇ ਪਠਾਣਾ ਨੇ ਥੋੜੀ ਜਿਹੀ ਹੀਲ ਹੁੱਜਤ ਕੀਤੀ। ਹਰੀ ਸਿੰਘ ਨਲਵਾ ਨਾਲ ਸੀ। ਮੈਟਾਕਾਫ ਦੇ ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ ਮਹਾਰਾਜ ਸਾਹਿਬ ਦੀਆਂ, ਹਰੀ ਸਿੰਘ ਨਲਵਾ ਸੀ ਤੇ ਹਰੀ ਸਿੰਘ ਨਲਵਾ ਕਹਿੰਦਾ ਰਿਹਾ ਮਹਾਰਾਜ ਵੀ ਇਹਨਾਂ ਨੂੰ ਨਹੀਂ ਮੱਥੇ ਲਾਉਣਾ ਆਪਾਂ। ਰੋਪੜ ਵਾਲੀ ਸੰਧੀ ਤੇ ਵੀ ਸਰਦਾਰ ਨਾਲ ਸੀ। ਰਾਜ ਦਿੱਤਾ ਜਾਣ ਨੂੰ ਅਫਗਾਨਿਸਤਾਨ ਨੂੰ, ਸ਼ੇਰੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਉਹਦੇ ਜਰਨੈਲ ਨੇ ਕਿਹਾ ਵੀ ਮਹਾਰਾਜ ਸਾਹਿਬ ਨਾ ਜਾਈਏ, ਜਾਣ ਦੀ ਇਹ ਬੰਦੇ ਨਹੀਂ ਹੈ। ਉੱਧਰ ਹੁਣ ਮੁਲਤਾਨ ਦੇ ਕਿਲੇ ਦੀ ਗੱਲ ਹੋ ਗਈ ਤੇ ਮੁਲਤਾਨ ਦੇ ਕਿਲੇ ਚ 1810 ਦੇ ਵਿੱਚ ਚੜਾਈ ਕੀਤੀ। ਮੁਲਤਾਨ ਦੇ ਕਿਲੇ ਦਾ ਜਿੱਤਣਾ ਬਹੁਤ ਵੱਡੀ ਗੱਲ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਹਰੀ ਸਿੰਘ ਨਲਵਾ, ਨਿਆਲ ਸਿੰਘ ਅਟਾਰੀ ਵਾਲਾ, ਅਤਰ ਸਿੰਘ ਧਾਰੀ, ਹੁਣ ਗੱਲ ਇਹ ਸੀ ਵੀ ਇੱਥੇ ਵੀ ਕੁੱਪੇ ਦੱਬਣੇ ਪੈਣੇ ਨੇ। ਹੁਣ ਕੁੱਪੇ ਦੱਬਣੇ ਜਾ ਕੇ ਰੱਬ ਨੂੰ ਜਿਹੜਾ ਟੱਬ ਕਹਿਣ ਦੀ ਗੱਲ ਸੀ। ਉੱਪਰ ਜਿਹੜਾ ਨਵਾਬ ਸੀ ਮੁਲਤਾਨ ਦਾ, ਉਹ ਬਹੁਤ ਟਾਈਮ ਹੋਇਆ ਬੈਠਾ, 8 ਪੁੱਤ ਸੀ ਉਹਦੇ ਨਾਲ। ਮਹਾਰਾਜ ਸਾਹਿਬ ਨੇ 3 ਤੋਪਾਂ ਉੱਚੇ ਥਵੇ, ਮਹਾਰਾਜ ਸਾਹਿਬ ਆਪ ਵੀ ਜਾਣਾ ਚਾਹੁੰਦੇ ਸੀ। ਜਰਨੈਲ ਹਰੀ ਸਿੰਘ ਨੇ ਕਿਹਾ ਜਰਨੈਲਾਂ ਦੇ ਹੁੰਦੇ ਤੁਸੀਂ ਨਹੀਂ ਆਉਣਾ, ਤਹਿਸੀਲ ਤੱਕ ਉੱਪੜੇ ਜਦ ਤੱਕ ਉੱਪਰੋਂ ਗੋਲੀਆਂ ਚੱਲੀਆਂ, ਸਿੱਧੇ ਜਿਹੜੇ ਤੋਪਾਂ ਨੇ ਅੱਗ ਵਰਸਾਈ, ਪੱਛਮੀ ਦੀ ਗੁੱਠ ਜਾ ਕੇ ਸੁਰੰਗਾਂ ਪੱਟ ਕੇ ਮਹਾਰਾਜਾ ਸੋਰੀ ਜਰਨੈਲ ਹਰੀ ਸਿੰਘ ਨਲਵੇ ਨੇ
ਲੀਤੇ ਲਾ ਤੇ ਕੰਧ ਤਾਂ ਢਹਿ ਗਈ, ਇੱਟਾਂ ਵੀ ਡਿੱਗ ਪਈਆਂ। ਇੱਟ ਦੇ ਨਾਲ ਨਿਹਾਲ ਸਿੰਘ ਜ਼ਖਮੀ ਵੀ ਹੋਇਆ, ਅਤਰ ਸਿੰਘ ਧਾਰੀ ਸਖ਼ਤ ਜ਼ਖਮੀ ਹੋ ਗਿਆ। ਨਲਵੇ ਤੇ ਵੀ ਇੱਕ ਹਾਂਡੀ ਡਿੱਗੀ, ਹਾਂਡੀ ਬਰੂਦ ਦੀ ਭਰ ਕੇ ਅੱਗ ਨਾਲ ਲਾ ਕੇ ਦੂਰ ਸੁੱਟ ਦੇ ਘੁਮਾ ਕੇ ਗੋਪੀਏ ਉਹਨੂੰ ਹਾਂਡੀ ਕਹਿੰਦੇ। ਬਹੁਤ ਜ਼ਿਆਦਾ ਝੁਲਸ ਗਿਆ ਸਰੀਰ ਤੇ ਹਕੀਮਾਂ ਨੇ ਕਹਿਤਾ ਵੀ ਨਾ ਉਮੀਦੀ ਹੋ ਗਈ, ਸਿਰਫ ਜਾਂ ਮਰਨ। ਮਹਾਰਾਜ ਨੂੰ ਇੰਨਾ ਸ਼ੇਰੇ ਪੰਜਾਬ ਪਿਆਰ ਕਰਨ ਲੱਗ ਗਿਆ ਕਿ 20,000 ਦੀ ਹੋਰ ਜਗੀਰ ਦਿੱਤੀ, ਸਰਦਾਰੀ ਦਾ ਜਿਹੜਾ ਰੁਤਬਾ। ਟਵਾਣੇ ਸੀ ਜਿਹੜੇ ਸ਼ਾਹਪੁਰ ਦੇ, ਔਰ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀ ਹੱਦਬੰਦੀ ਚ ਆ ਕੇ ਨਾ ਡਾਕੇ ਮਾਰ ਲੋਕਾਂ ਨੂੰ ਤੰਗ ਕਰ। ਅਖੀਰ ਸਰਦਾਰ ਨਲਵੇ ਨੂੰ ਕਿਹਾ ਮਹਾਰਾਜ ਰਣਜੀਤ ਸਿੰਘ ਨੇ ਵੀ ਨਹੀਂ ਇਹਨਾਂ ਨੂੰ ਕਰ ਸੂਤ ਮਾੜਾ ਜਿਹਾ। 1812 ਦੀ ਗੱਲ, ਮਿੱਠੇ ਟਵਾਣੇ ਦੇ ਇਲਾਕੇ ਚ ਟਵਾਣੇ ਘੇਰ ਲਏ। ਟਵਾਣਿਆਂ ਦਾ ਆਗੂ ਅਹਿਮਦ ਖਾਂ ਉਹਦੀ ਅਗਵਾਈ ਦੇ ਵਿੱਚ ਬਹਾਦਰੀਆਂ ਲੜੇ। ਟਵਾਣੇ ਵੀ ਬਹੁਤ ਬਹਾਦਰ ਸੀ, ਸਾਰੀ ਦਿਹਾੜੀ ਲੜਾਈ ਹੋਈ, ਨੁਕਸਾਨ ਹੋ ਗਿਆ ਤੇ ਸਰਦਾਰਾਂ ਨੇ ਸੁਨੇਹਾ ਭੇਜਿਆ ਵੀ ਇਹ ਦੇਖ ਲਓ ਵੀ ਹੁਣ ਮਰਜ਼ੀ ਆ ਤੁਹਾਡੀ, ਵਡਾਂਗਾ ਕਰਾਉਣਾ ਜਾਂ ਅੱਜ ਦੀ ਲੜਾਈ ਨੇ ਤੁਹਾਨੂੰ ਸੁਨੇਹਾ ਦੇ ਤਾ। ਦੋ ਹੀ ਰਾਹ ਨੇ, ਜਾਂ ਤਾਂ ਲੜਕੇ ਮੰਨ ਲਓ, ਨਹੀਂ ਚੁੱਪ ਛਾਪ ਚੁੱਪ ਚਾਪ ਸ਼ਹਿਰ ਖਾਲੀ ਕਰ ਦੋ, ਕੋਈ ਤੁਹਾਨੂੰ ਕੁਛ ਨੀ ਕਹਿੰਦਾ। ਟਵਾਣਿਆਂ ਨੇ ਰਾਤੋ ਰਾਤ ਸ਼ਹਿਰ ਖਾਲੀ ਕਰਨਾ ਮੰਨ ਲਿਆ ਤੇ ਖਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਨੇ ਕਹਿਤਾ ਕੋਈ ਟਵਾਣਿਆਂ ਨੂੰ ਕੁਛ ਨੀ ਕਹੂਗਾ। ਤੇ ਟਵਾਣੇ ਸਿਆਲਾਂ ਦੇ ਨਾਲ 15ਵੀਂ ਸਦੀ ਚ ਪੰਜਾਬ ਚ ਆਏ ਸੀ, ਰਿਆ ਸਿੰਧ ਦੇ ਕੰਢੇ ਸ਼ਾਹਪੁਰ ਚ ਟਿਕੇ। ਮੀਰ ਅਲੀ ਖਾਂ ਦੇ ਪੁੱਤਰ ਮੀਰ ਅਹਿਮਦ ਖਾਂ ਨੇ 1680 ਚ ਉਖਲੀ ਮੋਹਲਾ ਦੇ ਪੂਰਬ ਵੱਲ 7 ਮੀਲ ਟਵਾਣਾ ਪਿੰਡ ਦੀ ਮੋਹਰੀ ਗੱਡੀ ਮਿੱਠਾ ਟਵਾਣਾ, ਕਿਉਂਕਿ ਮੂੰਹ ਮਿੱਠਾ ਪਾਣੀ ਮਿੱਠਾ ਸੀ, ਕਿਸੇ ਪਰਿਵਾਰ ਦਾ ਖਿਜ਼ਰ ਹਯਾਤ ਖਾਂ ਟਵਾਣਾ ਅਣਵੰਡੇ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ। ਇਹ ਉਹ ਟਵਾਣੇ ਇੱਥੋਂ ਸ਼ੁਰੂ ਹੋਈ। ਸ਼ਹੀਦੀ ਦੀ ਜੇ ਗੱਲ ਕਰੀਏ, 30 ਅਪ੍ਰੈਲ ਦੀ ਸ਼ਹੀਦੀ ਆ, ਇਸ ਯੋਧੇ ਨੇ ਜਮਰੌਤ ਦੇ ਕਿਲੇ ਚ ਸ਼ਹੀਦੀ ਕੀਤੀ ਜਿੱਥੇ ਪਾਕਿਸਤਾਨੀ ਫੌਜ ਦੀ ਰਿਹਾਇਸ਼ ਹੈ, ਤੇ ਇਸ ਨੇ ਧਾਰਵੀਆਂ ਦਾ ਰਾਹ ਬੰਦ ਕੀਤਾ ਜਿਹਦੇ ਵਿੱਚ ਵੀ ਲੋਕ ਚੜ ਕੇ ਆਉਂਦੇ 1837 ਦੇ ਵਿੱਚ। ਇੱਕ ਵਾਰ ਸਰਦਾਰ ਕੁਛ ਉਹਦੇ ਜ਼ਿੰਦਗੀ ਦੀਆਂ ਕੁਛ ਗੱਲਾਂ ਵੀ ਤੁਹਾਨੂੰ ਦੱਸਦੇ ਆ ਕਿ 100 ਸਵਾਰਾਂ ਨਾਲ ਮਿਚਨੀ ਦੇ ਇਲਾਕੇ ਚ ਸ਼ਿਕਾਰ ਖੇਡਦਾ ਇੱਕ ਹਿੰਦੂ ਫਰਿਆਦ ਲੈ ਕੇ ਆਇਆ ਕਿ ਉਹਦੀ ਘਰਵਾਲੀ ਨੂੰ ਵਿਆਹ ਦੇ ਮੰਡਪ ਚੋਂ ਅਫਗਾਨ ਲੈ ਗਏ, ਅਫਗਾਨ ਚੱਕ ਮਿਚਨੀ ਦੇ ਖਾਨ ਕੋਲ। 100 ਸਵਾਰਾਂ ਨਾਲ ਮਿਚਨੀ ਤੇ ਚੜ੍ਹਾਈ ਕੀਤੀ, ਖਾਨ ਕੋਲ 5,000 ਸੀ, ਮਾਰਿਆ ਗਿਆ, ਪੁੱਤਰ ਵੀ ਮਾਰਿਆ ਗਿਆ। ਐਡੀ ਅਫਗਾਨ ਔਰਤਾਂ ਦੇ ਵਿੱਚ ਸਤਿਕਾਰ ਸਰਦਾਰ ਦਾ ਹੋਇਆ ਕਿ ਅਫਗਾਨ ਔਰਤਾਂ ਨੇ ਵੀ ਅੰਮ੍ਰਿਤ ਛਕ ਕੇ ਸਿੱਖ ਫੌਜੀ ਨਾਲ ਵਿਆਹ ਕਰਾਇਆ। ਫਰਾਂਸੀਸੀ ਲੇਖਕ ਗਾਰਡ ਸਟੇਟਰ ਕਹਿੰਦਾ ਵੀ ਹਰੀ ਸਿੰਘ ਹਰ ਸਾਲ ਯੂਸਫ ਜੀ ਪਠਾਣਾ ਤੋਂ ਟੈਕਸ ਲੈਣ ਲਈ ਜਾਂਦਾ। ਸਰਕਾਰ ਦੇ ਚਲਾਣੇ ਤੋਂ ਬਾਅਦ ਵੀ ਮਾਵਾਂ ਬੱਚਿਆਂ ਨੂੰ ਹਰੀ ਸਿੰਘ ਦਾ ਨਾਂ ਲੈ ਕੇ ਡਰਾਉਂਦੀਆਂ ਰਹੀਆਂ ਤੇ ਅੰਗਰੇਜ਼ਾਂ ਵੇਲੇ ਦਾ ਜਿਹੜਾ ਪਿਸ਼ਾਵਰ ਦਾ ਡਿਪਟੀ ਕਮਿਸ਼ਨਰ ਔਲਫ ਕੈਰੂਨ ਲਿਖਦਾ ਹੈ ਕਿ ਉਹਦੀ ਨੌਕਰੀ ਚ ਇੱਕ ਵਾਰ ਪਠਾਣ ਨੇ ਦੱਸੀ ਕਿ ਇੱਕ ਵਾਰ ਸਰਦਾਰ ਜਮਰੌਤ ਦੇ ਕਿਲੇ ਦੇ ਬਾਹਰ ਫਲਾਹੀ ਦੀ ਦਾਤਨ ਕਰਦਾ, ਪਠਾਣ ਲੰਘਿਆ ਜਾਂਦਾ, ਕਹਿੰਦਾ ਤੁਸੀਂ ਪਠਾਣਾ ਦੇ ਇਲਾਕੇ ਚ ਬੇਖੌਫ ਤੁਰੇ ਫਿਰਦੇ, ਤੁਹਾਨੂੰ ਡਰ ਡੁਰ ਹੈ ਕੋਈ ਜੇ ਕਿਸੇ ਨੇ ਮਾਰਤਾ? ਸਰਦਾਰ ਦਾ ਉਹਨੂੰ ਪਤਾ ਨੀ ਸੀ ਕਿ ਸਰਦਾਰ ਨਾਲ ਵਾਹ, ਕਹਿੰਦਾ ਰੱਬ ਦੇ ਹੱਥ ਆ ਤੇਰੇ ਹੱਥ ਨੀ। ਪਠਾਣ ਰੋਜ਼ ਕਹਿੰਦਾ ਆ ਜਾ ਫਿਰ ਮੇਰੇ ਪਿੰਡ ਚ ਕਰ ਲੜਾਈ, ਮੈਂ ਵਾਅਦਾ ਕਰਦਾ ਤੈਨੂੰ ਕੋਈ ਕਰੂ, ਦੇਖਦਾ ਤੇਰਾ ਰੱਬ ਬਚਾਉਂਦਾ। ਉੱਥੋਂ ਹੀ ਕਹਿੰਦੇ ਦਰਤਨ ਸੁੱਟ ਕੇ ਤੁਰ ਗਿਆ, ਇੱਕ ਤਲਵਾਰ ਤੇ ਢਾਲ ਸਰਦਾਰ ਨੂੰ ਦਿੱਤੀ, ਇੱਕ ਆਪ ਲੈ ਲਈ। ਪਹਿਲਾ ਹੀ ਵਾਰ ਸਰਦਾਰ ਨੇ ਜਦ ਡੱਕ ਕੇ ਠੋਕਿਆ ਢਾਲ ਦੇ 2 ਟੁਕੜੇ ਕਰਕੇ, ਪਠਾਣ ਦੀ ਬੱਖੀ ਚ ਜਦ ਸ੍ਰੀ ਸਾਹਿਬ ਫਿਰੀ ਤੇ ਡਿੱਗਿਆ, ਦਸਤਾਰ ਲਾ ਕੇ ਫਿਰ ਉਹਦਾ ਜ਼ਖਮ ਵੀ ਬੰਦਾ ਦੱਸਦਾ ਕਿ ਮੈਂ ਸਰਦਾਰ ਹਰੀ ਸਿੰਘ ਨਲਵਾਂ। ਇੱਕ ਵਾਰ ਅੰਗਰੇਜ਼ ਜਰਨੈਲ ਮਹਾਰਾਜਾ ਨੂੰ ਕਹਿਣ ਲੱਗਾ ਵੀ ਜੇਕਰ ਹਰੀ ਸਿੰਘ ਨੂੰ ਤੁਸੀਂ ਵੀ ਅੰਗਰੇਜ਼ ਫੌਜ ਦੀ ਅਗਵਾਈ ਕਰ ਲਏ ਤਾਂ ਚੀਨ ਜਿੱਤ ਕੇ ਦੇ। ਸ਼ੇਰੇ ਪੰਜਾਬ ਹੱਸ ਕੇ ਕਹਿੰਦਾ ਚੀਨ ਜਿੱਤਣ ਲਈ ਤੇਰੀ ਨੀ ਲੋੜ, ਹਰੀ ਸਿੰਘ ਨਲਵਾ ਹੀ ਜਾ ਕੇ ਆਓ। ਤਦ ਨੌਨਿਹਾਲ ਦੇ ਵਿਆਹ ਵੇਲੇ ਫੌਜ ਜਿਹੜੀ ਸਾਰੀ ਲਾਹੌਰ ਮੁੜਿਆਈ, 50,000 ਪਠਾਣਾ ਨੇ ਜਮਰੌਤ ਦੇ ਕਿਲੇ ਤੇ ਹਮਲਾ ਕੀਤਾ ਜਿੱਥੇ ਸਰਦਾਰ ਮਹਾਂ ਸਿੰਘ ਕੋਲ ਕੇਵਲ 600 ਸਿਪਾਹੀ ਸੀ।
हरी सिंह उन्हां नूं 29 अप्रैल 1837 नूं पता लग्या पिशावर दे किले च कोई जमराव ते पठान जा चढ़े। 10,000 फौज लैके जद हरी सिंह जरनैल गया जमराव नूं, 30 अप्रैल दी सवेर नूं जद जमराव पहुंचा लड़ाई पक्की हुई। 10,000 खालसा फौज ने 5 गुणा दुश्मन दे पैर जिहड़े अखेड़, पर जख्मी हालत इन्नी हो गई कह दिता अंदर भी जद तक लाहौर तो मदद नहीं आती मेरी मौत की जिहड़ी खबर बिलकुल गुप्त रखनी है। 30 अप्रैल नूं 29 नूं आया, 30 नूं शहीद होया। ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਪਤਾ ਲੱਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਅੱਧਾ ਰਾਜ ਮੇਰਾ ਚਲ ਜਾਂਦਾ, ਰਾਜ ਕੀ ਜਮਰੌਦ ਦਾ ਕਿਲਾ ਸੀ, ਮੈਂ ਹਰੀ ਸਿੰਘ ਨਲਵੇ ਅਰਗਾ ਜਰਨੈਲ ਕਿੱਥੋਂ। ਅਲੱਗ ਅਲੱਗ ਅਫਸਰ ਲਿਖਦੇ ਨੇ ਤੇ ਕਈਆਂ ਹਵਾਲਿਆਂ ਤੋਂ ਇਹ ਲੱਗਿਆ ਵੀ ਸਰਦਾਰ ਦੀ ਗੋਲੀਆਂ ਜਿਹੜੀਆਂ ਸਰਦਾਰ ਦੀ ਪਿੱਠ ਤੇ ਮਾਰੀਆਂ, ਘੋੜੇ ਦੀ ਗਰਦਨ ਤੇ ਡਿੱਗਿਆ। ਡੋਗਰਿਆਂ ਦਾ ਜਮਾਂਦਾਰ ਖੁਸ਼ਹਾਲ ਸਿੰਘ ਉਸ ਸਮੇਂ ਸੀ ਤੇ ਇਹ ਗੱਲ ਚੱਲ ਰਹੀ ਸੀ ਕਿ ਹਰੀ ਸਿੰਘ ਉਹਨਾਂ ਦੁਆਰਾ ਕਸ਼ਮੀਰ ਦਾ ਨਾਜ਼ਮ ਕਰ ਸਕਦੇ ਸੀ, ਡੋਗਰੇ ਆਪ ਜਾਣਾ ਚਾਹੁੰਦੇ ਸੀ, ਹੋ ਸਕਦਾ ਪਿੱਛੋਂ ਡੋਗਰਿਆਂ ਨੇ ਗੋਲੀਆਂ ਮਾਰੀਆਂ। 46 ਸਾਲ ਦੀ ਉਮਰ ਟੋਟਲ ਜਿਹੜੀ ਵਿੱਚ ਉਹ ਸ਼ਹੀਦ ਹੋਇਆ ਤੇ ਸਰਦਾਰ ਹਰੀ ਸਿੰਘ ਦਾ ਦਬਦਬਾ ਇੰਨਾ ਅਫਗਾਨਾਂ ਦੇ ਦਿਲਾਂ ਤੇ ਬੈਠਾ, ਹਰੀਆ ਕਹਿ ਕੇ ਨਾਂ ਨਾਲ ਡਰਾਉਂਦੇ। ਲਤੀਫ ਨੇ ਕਿਹਾ ਮੀਰ ਅਹਿਮਦ ਉਹਨੀ ਕਹਿੰਦੇ ਵੀ ਇਲਾਕਾ ਪਿਸ਼ਾਵਰ ਮੈਂ ਤੋ ਇਸ ਕਦਰ ਇਸ ਕਾ ਰੋਬ ਥਾ ਕਿ ਮੈਂ ਆਪਣੇ ਸ਼ੀਰ ਖੋਰ ਬੱਚੋਂ ਕੋ ਕਹਾ ਕਰਤੀ ਥੀ ਅਗਰ ਤੁਮ ਨੇਕ ਨਹੀਂ ਬਣੋਗੇ ਤੋ ਹਰੀ ਸਿੰਘ ਤੁਮਕੋ ਪਕੜ ਕਰ ਲੈ ਜਾਏਗਾ, ਔਰ ਛੋਟੇ ਛੋਟੇ ਬੱਚੇ ਤੋਂ ਹਰੀ ਸਿੰਘ ਕੋ ਇੱਕ ਹਊਆ ਖਿਆਲ ਕਰਦੇ। ਸ਼ਕਲ ਸੂਰਤ ਵਰਤਾਓ ਖੁੱਲ ਕੇ ਗੱਲ ਕਰਨ ਦਾ ਰਾਜ ਉਹਦੀਆਂ ਆਦਤਾਂ ਰਣਜੀਤ ਸਿੰਘ ਵਰਗੀਆਂ ਸਨ, ਮੋਹਨ ਲਾਲ ਜੀ ਕਹਿੰਦੇ। ਸੋਹਨ ਲਾਲ ਸੂਰੀ ਜੀ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਸਰਦਾਰ ਹਰੀ ਸਿੰਘ ਨਲਵੇ ਦੇ ਚੰਗੇ ਕਿਰਦਾਰ ਤੇ ਉੱਚੇ ਅਖਲਾਕ ਦੀ ਬਹੁਤ ਕਦਰ ਕਰਦਾ ਸੀ। ਪਾਨੀਕਰ ਕਹਿੰਦਾ ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿੱਚ ਸਭ ਤੋਂ ਵੱਧ ਉੱਚੇ ਸੁੱਚੇ ਅਖਲਾਕ ਵਾਲਾ ਤੇ ਵੱਧ ਸਤਿਕਾਰਯੋਗ ਦਲੇਰੀ ਤੇ ਬਹਾਦਰੀ ਦਾ ਪੁੰਜ ਸੀ, ਉਹਦੇ ਦਰਬਾਰ ਵਿੱਚ ਉੱਚ ਥਾਂ ਸੀ ਅਤੇ ਸਿੱਖਾਂ ਲਈ ਇੱਕ ਮਿਸਾਲ ਦਾ ਰੂਪ ਸੀ। ਨੰਦ ਗੋਪਾਲ ਜੀ ਕਹਿੰਦੇ ਕਿ ਹਰੀ ਸਿੰਘ ਦੇ ਪਿਓ ਦੇ ਵਕਤ ਵੇਲੇ ਲੋਕ ਅਫਗਾਨਾਂ ਕੋਲੋਂ ਡਰਦੇ ਸਨ ਤੇ ਹਰੀ ਸਿੰਘ ਦੇ ਬਾਅਦ ਅਫਗਾਨ ਡਰਦੇ ਸੀ ਤੇ ਡਰਦੇ ਰਹਿਣਗੇ। ਹਰੀ ਸਿੰਘ ਨਲਵਾ ਜੇ ਕੁਝ ਚੋਰ ਹੋਰ ਜਿਉਂਦਾ ਰਹਿੰਦਾ ਤਾਂ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਕੁਝ ਮਹੀਨਿਆਂ ਚ ਖਾਲਸਾ ਰਾਜ ਦੀਆਂ ਹੱਦਾਂ ਏਸ਼ੀਆ ਤੇ ਯੂਰਪ ਤੱਕ ਹੁੰਦੀਆਂ। ਲੰਡਨ ਦਾ ਇੱਕ ਅਖਬਾਰ ਹਰੀ ਸਿੰਘ ਨਲਵਾ ਇੱਕੋ ਇੱਕ ਜਰਨੈਲ ਸੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਮ ਤੇ ਸਿੱਕਾ ਚਲਾਉਣ ਦੀ ਇਜਾਜ਼ਤ ਦਿੱਤੀ। ਆਸਟ੍ਰੇਲੀਆ ਦਾ ਬਿਲੀਅਨਾਇਰ ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ ਦੀ ਸ਼੍ਰੇਣੀ ਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ਤੇ ਰੱਖਿਆ। ਮਹਾਰਾਜ ਸਾਹਿਬ ਨੇ ਆਪ ਜਰਨੈਲ ਦੀ ਸਮਾਧ ਜਮਰਾਓ ਦੇ ਕਿਲੇ ਚ ਬਣਾਈ ਹੈ, ਨਾਲ ਇਹ ਗੁਰੂ ਘਰ ਬਣਾ ਕੇ ਗ੍ਰੰਥੀ ਰੱਖਿਆ ਜਿਸ ਨੂੰ ਸਰਕਾਰੀ ਖਜ਼ਾਨੇ ਚੋਂ ਅੰਗਰੇਜ਼ਾਂ ਦੀ ਮੁਲਕ ਤਕਸੀਮ ਕਰਨ ਤੱਕ ਤਨਖਾਹ ਮਿਲਦੀ ਰਹੀ। ਪਿਛਲੇ ਸਾਲ 2019 ਚ ਕਈ ਦਹਾਕਿਆਂ ਵੱਧ ਪਿਸ਼ਾਵਰੀ ਸਿੱਖਾਂ ਨੇ ਵੰਡ ਤੋਂ ਬਾਅਦ ਇਸ ਸਮਾਧ ਤੇ ਸਰਦਾਰ ਨੂੰ ਅਕੀਦਤ ਦੇ ਫੁੱਲ ਭੇਟ ਲੋਕ ਪਹੁੰਚੇ। ਜਰਨੈਲ ਹਰੀ ਸਿੰਘ ਨਲਵੇ ਦੀ ਕਹਾਣੀ ਹੈ। ਬਾਕੀ ਇੱਕ ਅਫਗਾਨ ਇਸਤਰੀ ਵੱਲੋਂ ਉਸਨੂੰ ਆਪਣਾ ਘਰ ਵਾਲਾ ਮੰਨਣ ਤੇ ਤੇਰੇ ਵਰਗਾ ਮੈਨੂੰ ਇੱਕ ਪੁੱਤ ਚਾਹੀਦਾ ਕਹਿਣ ਤੇ ਤਾਂ ਜਰਨੈਲ ਹਰੀ ਸਿੰਘ ਨਲਵੇ ਨੇ ਉਹਨੂੰ ਕਿਹਾ ਵੀ ਮੈਨੂੰ ਆਪਣਾ ਪੁੱਤ ਬਣਾ ਲੈ, ਉਹ ਮੇਰੀ ਮਾਂ। ਇਹ ਸੀ ਯੋਧੇ ਦੀ ਦਾਸਤਾਂ ਅੱਜ ਦੇ ਦਿਨ। ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਲਦੀਪ ਸਿੰਘ ਰਾਮੂ ਵਾਲੀਏ ਉਹਨਾਂ ਨੇ ਬਹੁਤ ਉਹਨਾਂ ਬਾਰੇ ਲਿਖਿਆ ਤੇ ਉੱਥੋਂ ਵੀ ਕੁਝ ਜਾਣਕਾਰੀ ਮੈਂ ਤੁਹਾਨੂੰ ਸੋ ਇਹ ਸੀ ਜਰਨੈਲ ਹਰੀ ਸਿੰਘ ਨਲਵੇ ਦੀ ਕਹਾਣੀ ਤੁਹਾਨੂੰ ਅੱਜ ਸੁਣਾਈ। ਆਪਾਂ ਮੇਰਾ ਪਿੰਡ ਮੇਰੇ ਖੇਤ ਅਗਲੇ ਬ੍ਰੇਕ ਤੋਂ ਬਾਅਦ ਸ਼ੁਰੂ ਕਰਾਂਗੇ। ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਹਦੇ ਵਿੱਚ ਐਡ ਕਰਨੀ ਹੋਵੇ ਤਾਂ ਬੇਨਤੀ 1-844-247-1550 ਤੇ ਤੁਸੀਂ ਫੋਨ ਕਰ ਸਕਦੇ ਹੋ 1-844-247-1550। ਨਵਨੀਤ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ।
हेलो हाँ जी गिलवी जी सताल सताल जी भी जी कई ना कई घाटे जिम्मे ए होंगे जेडे थोनू रड़कते रहते जिम्मे लाल सिंह की जरनैल हरि सिंह उन्होंने जेडी शहीदी हुई है इन्होंने मैं दो नुकते हो साझे करूंगा थोड़ा एक इन्होंने ना आर्किटेक्ट आप बहुत बड़े थे जी जेडी इन्होंने गुजरावाल हवेली हवेली एक जेडे होर भी इन्होंने हवेलियां अपने डिजाइन कीतिया इन्होंने आप डिजाइन कीतिया हवेलियां एक होर गल अंग्रेजी भी इन्होंने चंगी आंदी सी जी जो गुरे नाल गलबात करते उदू बिना इन्हों चार चार पांच भाषावां दे चंगे जन के विद्वान भी सीगे आह कले योधे तो सीगे नाल एक जेड़ा एक पक्ष इन्हों का भी विद्वता भी इन्हें बहुत सीगी जी जेड़ा जेड़ा कमल नौ निहाल सिंह का ब्याह सीगा जेड़ा वो आपां नूं बहुत महंगा पै गया जी आह मसले च एक तो वह भी दुनिया का महंगे ब्याह च आउंदा अज भी इहो जिहा उहनूं काउंट करिए ना जे दुनिया दुनिया के महंगे ब्याह होए उन्हां च अज भी उहदी जिहड़ी वैल्यू आ महंगे ब्याह च आउंदा पर आपणे लई जड़ी बैठना की गल होगी जी मेहरबानी बिल्कुल ठीक धन्यवाद जी सर गुरजीत सिंह लाइन सताल साहब सताल वीर जी भाई जी तुसी जिन्ना टाइम उन्होंने जीवन बारे दसिया अख एक मिनट भी सुटी नहीं हुई इन्ना ज्यादा तुसी सुनाया कि अपने वालों दस नहीं सकते भी किन्ना मन विराग दे विच गया ठीक है ये असली खालसे दी गल है ये गल करने वालियां सुनने वालियां जेडे कई होर प्रोग्रामा दे विच भाई नाले पता कौन पंजाब नूं कल कल वेच के आए अज भी बस मैं कहना गुलामी दी हद आ जी हद उधर कॉल करन नूं दिल नहीं करदा एदां दे प्रोग्रामा च उत्थे बणदा सरदा दित्ता सीगा पर थोड़ा जिहा स्लिप हो गया नहीं तसल्ली दा करा दी सीगी रात पर फिर ये कहानी कोई भी नहीं फिर सी कदे जिन्ने मेजबान जा मीडिया च इनू कोई तुसी बदल नहीं सकते ये अपना अपना दिल है भी उन्हें की करना है ओहो की करना चाहते है बस खत्म कहानी तुसी तंगी ना कट्टिया करो पर आपां अज दा दिन उस योधे नूं उहनां दे कद दीआं फोटोआं बड़ा लंबा कद नहीं सी पर शेरे पंजाब महाराजा रणजीत सिंह नूं बहुत बार जरनैल हरि सिंह नलवे ने इस गल ते जद फरंगियां दे नाल सुलह होई रस्ता दित्ता मना कीता भई इह ना करिए किन्नी छोटी आजू दे विच की कुछ कीता इह मुल्तान दे कसूर दे किले बहुत वड्डे किले सी मुल्तान दे किले दी जिहड़ी फतेह है ओह बहुत वड्डी फतेह है जे तुसीं उस नूं सुन सिंह सीतल होणा ते भी पढ़ो ना सिख राज किवें बणिआ ते उहदे विच ओह मतलब महाराजा रणजीत सिंह दे योधे दी गल जिहड़ी सब तों वड्डी गल भी परिवार आपस विच मजीठे तों जुड़दा है सनौ सिंह शुकर चक्कीए दा उत्थे जिहड़ा सहुरे होणे चरत सिंह दे नाल गुरदयाल सिंह जेडे पिता जी सी सरदार हरि सिंह नलवे दे उहनां दा चरत सिंह ते महा सिंह दे नाल रहना ते इधर नाल आप जाना जरनैल हरि सिंह नलवे दा अपने श्री पंजाब महाराजा रणजीत सिंह दे नाल मेरा पिंड मेरे खेत दे विच अज उहनूं आस व्यंग एक जड़ी सत दियां बातां सुनाउंदे हुंदे आ अपने लिखदे आ बाई जी साडे साई बराड़ भगता भाई के उहनां दी सुनाउणा इहदे नाल इह गल तोर लड़ीआं आपां वी पंजाब दे पिंडां च बहुत चीजां सी जिन्हां दे बारे पता नहीं सी छोटे हुंदे आपां ते उह पंगे हुंदे सी भाई बराड़ भगते भाई के दी अज एक थोनू सुनाउना है गाथा नवे संद पुराना जो सिकवंदर सिंह बराड़ भगता भाई अस्सियां नूं तुके कान सिंह सरदार दे भणूईए मकंद सिंह दी मौत हो गई कान सिंह सरदार अस्सियां दे मकंद सिंह दी मौत हो गई देहला भैण दे सहुरे परिवार चों
ਜਿਹੜਾ ਸ਼ਰੀਕੇ ਕਬੀਲੇ ਸੁਕਾਨ ਸਿੰਘ ਦੇ ਘਰੇ ਸਹੁਰੀ ਮਕਾਨ ਆਉਣੀ ਉਹ ਸੀ ਕਾਲ ਚਰਾਣਾ ਕਰ ਚੁੱਕੇ ਵਿਅਕਤੀ ਦੇ ਸਹੁਰੇ ਹੁੰਦੇ ਕਾਲ ਸਿੰਘ ਦਾ ਭੜੋਈਆ 90 ਦੀ ਉਮਰ ਦਾ ਸੀ ਸਾਰਾ ਪਿੰਡ ਮਰਗ ਦੇ ਅਫਸੋਸ ਕਰਕੇ ਕਾਲ ਸਿੰਘ ਸਰਦਾਰ ਦੇ ਘਰੇ ਆਇਆ ਹੋਇਆ ਮਕਾਨਾਂ ਦੀ ਸੇਵਾ ਸਾਰਾ ਦਿਨ ਤੇ ਸੱਤ ਅੱਜ ਲੇਟ ਥੋੜੀ ਚੱਲੀ ਕਾਣਾ ਮਕਾਨਾਂ ਦੇ ਤੁਰ ਜਾਣ ਪਿੱਛੋਂ ਪਿੰਡ ਦੇ ਲੋਕ ਕਾਹਨ ਸਿੰਘ ਦੇ ਘਰੋਂ ਵਿਹਲੇ ਹੋ ਕੇ ਸੱਥ ਵੱਲ ਆ ਗਏ ਤਾਸ਼ ਖੇਡਣ ਵਾਲਿਆਂ ਨੇ ਅੱਡ ਅੱਡ ਜੋੜੀਆਂ ਬਣਾ ਕੇ ਪੱਤੇ ਤੇ ਪੱਤਾ ਸਿੱਟਿਆ ਬਜ਼ੁਰਗ ਇੱਕ ਪਾਸੇ ਆਪਣੇ ਗੱਲਾਂ ਚ ਰੁੱਝ ਗਏ ਸੀਤੇ ਮਰਾਸੀ ਆਉਣੀਆਂ ਨੇ ਸੱਥ ਚ ਆਉਂਦੇ ਬਾਬੇ ਬਰਿਆਮੇ ਨੂੰ ਪੁੱਛਿਆ ਕਿਉਂ ਵੀ ਬਾਬਾ ਇਉਂ ਇੱਕ ਤਾਂ ਅਗਲੇ ਦੇ ਘਰ ਮਰਗ ਹੋ ਗਈ ਇਹ ਕੁੱਤਵਾਂ ਬੁੜੀਆਂ ਜੀਆਂ ਵੱਡੇ ਵੱਡੇ ਢਾਣੇ ਬੰਨ ਬੰਨ ਲਿਆਉਂਦੀਆਂ ਨੇ ਫਿਰ ਅੱਧੇ ਪਿੰਡ ਨੂੰ ਲੰਗੌਰ ਖਾਉਣਾ ਵੀ ਬੋਝ ਹੀ ਅਗਲੇ ਤਾਂ ਇਹ ਢਾਣ ਸਕਦਕ ਹਟੂ ਮੱਲ ਨੰਬਰਦਾਰ ਕਹਿੰਦਾ ਇਹ ਨੀ ਹਰਦਾ ਹੁੰਦਾ ਇਹ ਕਿਵੇਂ ਹਟੂ ਇਹ ਤਾਂ ਫਿਰ ਜਿੱਦ ਕੇ ਰੋਂਦੀਆਂ ਵੀ ਘਰ ਵਾਲਾ ਕਿਤੇ ਕੋਈ ਮਿਹਣਾ ਨਾ ਮੰਨ ਕੇ ਫਲਾਨੀ ਰੋਈ ਹੋਈ ਨੀ ਦੁੱਖ ਦਾ ਤਾਂ ਮੀਰ ਉਹਨੂੰ ਹੀ ਪਤਾ ਹੁੰਦਾ ਜਿਹਦੇ ਘਰੋਂ ਜੀ ਤੁਰਿਆ ਬੁੜੀਆਂ ਨੂੰ ਮਰਗ ਦੇ ਰੋਣ ਦਾ ਝੱਸ ਹੁੰਦਾ ਉਹ ਪੇਕੀ ਵਿਆਹ ਜਾਣ ਨੂੰ ਤਾਂ ਭਾਵੇਂ ਪਛੜਾ ਮਕਾਨ ਨੂੰ ਨੀ ਪਛੜਦੀ ਮਕਾਨ ਦਾ ਬਹੁਤ ਤਿਉਹ ਕਰਦਾ ਕਿਉਂਕਿ ਮਕਾਨ ਫਿਰ ਆਊਟਿੰਗ ਹੀ ਹੁੰਦੀ ਹੈ ਇੱਕ ਕਿਸਮ ਦੀ ਇੱਕ ਪਿੱਛੋਂ ਬੋਲਿਆ ਬਾਬਾ ਬਰਿਆਮ ਸਿੰਘ ਕਹਿੰਦਾ ਮਕਾਨ ਸਿੰਘ ਦਾ ਯਾਰ ਪੜੋਤਿਆਂ ਵਾਲਾ ਸੀ 90-95 ਦਾ ਸੀ ਏਡੇ ਬਜ਼ੁਰਗ ਨੂੰ ਰੋਣਾ ਆਉਂਗੀ ਉਹ ਚੰਗਾ ਨੀ ਲੱਗਦਾ ਨਾ ਥਾਮ ਲਿਖਿਆ ਤੂੰ ਸੀਗਾ ਬਾਬਾ ਉੱਥੇ ਜਦ ਭੂਆ ਦੇ ਨਾਲ ਆਈਆਂ ਪਖੰਡਣਾਂ ਜੀਆਂ ਜਿੱਦ ਜਿੱਦ ਕਰਕੇ ਰੋਂਦੀਆਂ ਸੀ ਕੀ ਡਰਾਮਾ ਕਰਦੀਆਂ ਸੀ ਤੂੰ ਤਾਂ ਬਾਬਾ ਸੰਸਕਾਰ ਤੇ ਨੀ ਗਿਆ ਨੰਬਰਦਾਰ ਨੂੰ ਪੁੱਛ ਲੈ ਉੱਥੇ ਜਾ ਸੰਸਕਾਰ ਕਰਨ ਕੇ ਲੈਣ ਗਏ ਨਾ ਰਾਹ ਚ ਉਹਦੇ ਉੱਤੇ ਦੀ ਖਿੱਲਾਂ ਤੇ ਭਾਂ ਸੁੱਟਦੇ ਸੀ ਧਰਤੀ ਦੇ ਮੂਹਰੇ ਢੋਲਕੀ ਸ਼ੈਣੀਆਂ ਵਾਲੇ ਸ਼ਬਦ ਵੀ ਲਾਉਂਦੇ ਸੀ ਚੱਲੇ ਸੰਤ ਜਨ ਦੇਵਪੁਰੀ ਨੂੰ ਉੱਥੇ ਤਾਂ ਕੋਈ ਨੀ ਲੋਇਆ ਘਰੇ ਆ ਕੇ ਪਤਾ ਨੀ ਕਿਹੜੀ ਛੁੱਚ ਦੱਬ ਲੈਂਦੀਆਂ ਨੇ ਜਦੇ ਬੁੱਗਰ ਦਖਾਣ ਕਹਿੰਦਾ ਬੰਦੇ ਬੁੜੀਆਂ ਭਾਈ ਹੈ ਬਾਹਲੇ ਸੀ ਮੈਨੂੰ ਤਾਂ ਲੱਕੜਾਂ ਪਾੜਦੇ ਨੂੰ ਬਹੁਤ ਸਮਾਂ ਲੱਗ ਗਿਆ ਮੈਨੂੰ ਤਾਂ ਲੱਗਦਾ ਬਈ ਜਿਹੜੀਆਂ ਮੂਹਰੇ ਮੜੇਲਣਾਂ ਜਿਹੀਆਂ ਸੀ ਉਹਨਾਂ ਨੇ ਇੱਕ ਅੱਧੀ ਨੂੰ ਤਾਂ ਵਾਰੀ ਵੀ ਨੀ ਲੈਣ ਦਿੱਤੀ ਹੋਣੀ ਕਹਿੰਦਾ ਬਹੁਤ ਔਖੀਆਂ ਖਲਪਾੜਾਂ ਪਾਟੀਆਂ ਮੈਨੂੰ ਪਤਾ ਮੈਨੂੰ ਆ ਕੇ ਮੁੜ ਮੁੜ ਕੇ ਮੁੰਡੇ ਕਹਿੰਦੇ ਸੀ ਦੇਖੀ ਬਹੁਤ ਇਕੱਠ ਹੋਇਆ ਹੋਇਆ ਲੱਕੜਾਂ ਖਾਸੀਆਂ ਪਾੜਦੀ ਮੈਂ ਖਾਸੀਆਂ ਪਾੜੀਆਂ ਬੁੱਗਰ ਦਖਾਣ ਨੇ ਆਪਣੀ ਛੱਡ ਰੇ ਸਿੰਘਾ ਗੀਸਾ ਕਹਿੰਦਾ ਇੱਕ ਬੀਬੀ ਦਾ ਮੈਂ ਹੋਰ ਦੇਖਿਆ ਇੱਕ ਹੱਥ ਉਹਨੇ ਖੀਸੇ ਨੂੰ ਪਾਇਆ ਗਿਆ ਤੇ ਦੂਜੇ ਨਾਲ ਦੜੈ 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 ਆਪਣੇ ਪੱਟ ਕੁੱਟੀ ਜਾਵੇ ਪਤਾ ਨੀ ਖੀਸੇ ਚ ਸੰਧੂਰ ਵਾਲੀ ਡੱਬੀ ਡੇਬੀ ਸੀ ਨਾਲੇ ਥੱਲੇ ਨੂੰ ਲਿਫੇ ਮਿਟਕ ਮਗਰੋਂ ਫੇਰ ਖੀਸੇ ਨੂੰ ਹੱਥ ਪਾ ਲੇ ਪਤਾ ਨੀ ਬਾਬਾ ਕੀ ਚੱਕਰ ਸੀ ਸ਼ਾਇਦ ਕਿਤੇ ਬਾਂਹ ਬੂਹ ਚ ਨਾ ਫਰਕ ਹੋਵੇ ਸੀਤਾ ਮਰਾ ਸੀ ਕਹਿੰਦਾ ਪੈਸਿਆਂ ਨੂੰ ਹੱਥ ਪਾਇਆ ਹੋਇਆ ਹੋਣਾ ਕਿਤੇ ਡਿੱਗ ਨਾ ਪੈਣ ਉੱਥੇ ਜਾ ਕੇ ਕਿਰਾਏ ਨੂੰ ਨਾ ਨਿਕਲਣ ਹੋਰ ਕਿਹੜਾ ਨਸਵਾਰ ਵਾਲੀ ਡੱਬੀ ਸੀ ਖੀਸੇ ਚ ਉਹ ਨਸਵਾਰ ਵੀ ਲੈਂਦੀਆਂ ਕਈ ਬੀਬੀਆਂ ਨਸਵਾਰ ਵੀ ਹੋ ਸਕਦੀ ਹੈ ਬਾਬਾ ਬਰਿਆਮ ਸਿੰਘ ਹੱਸ ਕੇ ਕਹਿੰਦਾ ਬਾਂਹ ਬੂਝ ਨਾ ਕੋਈ ਨੁਕਸ ਹੋ ਗਏ ਬੁੜੀ ਦੇ ਬਈ ਬਾਂਹ ਤਾਹਾਂ ਨਾਲ ਚੱਕੀ ਜਾਂਦੀ ਹੈ ਨਾ ਥਾਂ ਉਲੀ ਕਾਹਨੂੰ ਬਾਬਾ ਇਹ ਗੱਲ ਹੋਰ ਸੀ ਬੋਲਦੀ ਤਾਂ ਚੂਹੀ ਜੀ ਮੈਂ ਵੀ ਸੁਣੀ ਆ ਪਰ ਮੈਂ ਏਡਾ ਖਿਆਲ ਨੀ ਵੇ ਕੀਤਾ ਹੈ ਕਿਸੇ ਦੇ ਖੀਸੇ ਚ ਕੁਛ ਊਜੂ ਕਰਦਾ ਸੀ ਉਹ ਤਾਂ ਬਿੰਦ ਕੁ ਪਿੱਛੋਂ ਚਿੜੀ ਜੀ ਬੋਲ ਪਏ ਤੇ ਬੀਬੀ ਰੋਂਦੀ ਰੋਂਦੀ ਖੀਸੇ ਨੂੰ ਹੱਥ ਪਾ ਕੇ ਬਥੇਰਾ ਘੁੱਟੇ ਪਰ ਪਤਾ ਨੀ ਸੀ ਬਈ ਇਹ ਬੋਲਦਾ ਕੀ ਕਦੇ ਚੁੱਪ ਕਰ ਜੇ ਕਦੇ ਥੋੜੇ ਜਿਹੇ ਮਗਰੋਂ ਫਿਰ ਟਰ ਟਰ ਕਰਨ ਲੱਗ ਜੇ ਬੇਬੇ ਫੇਰ ਖੀਸਾ ਜਿਹੜਾ ਖੀਸਾ ਘੁੱਟ ਲੈ ਸਮਝ ਨਾ ਆਈ ਬਾਬੇ ਇਹਦੇ ਖੀਸੇ ਦੀ ਕਿਹੜੀਆਂ ਚਕਚੂੰਦਰਾਂ ਬੋਲਦੀਆਂ ਸੀ ਤਾਰੇ ਕਾ ਕੁੰਨੂ ਕਹਿੰਦਾ ਉਹ ਮਗਲੈਲ ਫੋਨ ਹੋਣਾ ਬਾਬਾ ਜਿਹੜਾ ਮਗਲੈਲ ਫੋਨ ਹੈ ਇਹ ਚੂੰ ਚੂੰ ਕਰਦਾ ਮਾਸਟਰ ਗੱਜਣ ਕਹਿੰਦਾ ਮਗਲੈਲ ਨੀ ਤਾਂ ਦੱਸਿਆ ਮੋਬਾਈਲ ਫੋਨ ਕਹਿੰਦੇ ਨਾ ਸਮਝ ਚੱਲ ਮਗਲੈਲ ਹੋਇਆ ਪੈਟਰੋਲ ਹੋਇਆ ਬੁੱਝ ਤਾਂ ਲਿਆ ਬਈ ਬੁੜੀ ਦੇ ਖੀਸੇ ਚ ਕੀ ਸੀ ਬੁੱਝਣ ਨੂੰ ਕਿਤੇ ਝਗੜੇ ਦਾ ਸਵਾਲ ਸੀ ਤੇ ਸਮਝ ਨੀ ਸੀ ਆਉਣੀ ਮਾਸਟਰ ਕਹਿੰਦਾ ਬੁੜੀ ਨੇ ਮੋਬਾਈਲ ਰੱਖਿਆ ਨਾ ਉਧਰੋਂ ਕਿਤੋਂ ਘਰੋਂ ਫੋਨ ਆ ਗਿਆ ਉਹ ਵੱਜ ਪਿਆ ਬੇਬੇ ਨੂੰ ਪਤਾ ਨੀ ਸੀ ਕਰਨਾ ਵੀ ਬੰਦ ਕਿੱਥੋਂ ਤਰਨ ਤਰਨ ਕਰਦਾ ਸੀ ਬੇਬੇ ਉਹਨੂੰ ਹੱਥ ਨਾਲ ਜ਼ੋਰ ਨਾਲ ਘੁੱਟੀ ਜਾਂਦੀ ਵੀ ਬੰਦ ਹੋ ਜਾਵੇ ਬਸ ਮਾਸਟਰ ਦੀ ਗੱਲ ਸੁਣ ਕੇ ਨਾ ਥਾਮ ਲਈ ਮਾਸਟਰ ਵੱਲ ਨੂੰ ਹੋਇਆ ਸਿੱਧਾ ਤੂੰ ਵੀ ਮਾਸਟਰ ਨੱਥੋ ਏੜੀ ਵਾਲਾ ਡੂਚਣਾ ਹੀ ਹੈ ਪਤਾ ਬੁੜੀਆਂ ਦੱਸ ਕੀ ਕਰਨ ਆਈਆਂ ਸੀ ਬੁੜੀਆਂ ਮਕਾਨ ਹੀ ਆਈਆਂ ਸੀ ਨਾਲ ਆ ਜਿਹੜਾ ਤੂੰ ਮਗਲੈਲ ਮਗਰੂਰ ਕਹਿੰਦਾ ਉਹ ਵੀ ਮਸ਼ੀਨ ਜੀ ਇਸੇ ਕੰਮ ਆਈ ਹੋਣੀ ਹੈ ਜਦੋਂ ਬੁੜੀਆਂ ਰੋਂਦੀਆਂ ਉਹਨੂੰ ਵੀ ਵਿਚਾਰੇ ਨੂੰ ਰੋਣ ਆਉਂਦਾ ਹੋਊ ਉਹਨੂੰ ਵੇਖ ਕੇ ਉਹ ਰੋ ਪੈਂਦਾ ਹੋਊ ਹੋਰ ਕੀ ਗੱਲ ਹੋਣੀ ਹੈ ਇਹ ਮਸ਼ੀਨ ਇਹੋ ਜਿਹੀ ਹੋਣੀ ਆ ਵੀ ਜਦ ਬੇਬੇ ਰੋਵੇ ਨਾਲ ਰੋਂਦੀ ਹੋਊ ਉਹ ਬਾਬੇ ਬਰਿਆਮ ਸਿੰਘ ਨੇ ਮਾਸਟਰ ਨੂੰ ਕਿਹਾ ਕਿਉਂ ਮਾਸਟਰ ਉਹਨੂੰ ਕੀ ਲੋੜ ਪਈ ਸੀ ਆ ਕਾਟੋ ਜੀ ਚੱਕਣ ਦੀ ਜਦੋਂ ਬੁੜੀ ਨੂੰ ਬੰਦ ਨੀ ਸੀ ਕਰਨਾ ਉਹ ਘਰੇ ਰੱਖ ਕੇ ਲੈ ਛੱਡਦੇ ਹੁਣ ਮਾਸਟਰ ਜੀ ਕਹਿੰਦਾ ਬਾਬੇ ਬਰਿਆਮ ਸਿੰਘ ਨੂੰ ਹੁਣ ਤਾਂ ਤੁਰਦੀਆਂ ਨੀ ਇੱਕ ਮਿੰਟ ਇਹ ਫੋਨ ਬਿਨਾ ਸਾਜਰੇ ਪਿੰਡ ਤੋਂ ਲੈ ਕੇ ਆਥਣ ਤੱਕ ਸਾਰੇ ਪਿੰਡ ਦੀ ਖਬਰ ਹੁਣ ਚੁਗਲੀ ਹੈ ਜਿਹੜੀ ਟੈਲੀਫੋਨ ਤੇ ਹੁੰਦੀ ਹੈ ਇਹਦੇ ਤੇ ਜਿਹੜਾ ਹੱਥ ਵਾਲਾ ਫੋਨ ਹੈ ਮਾਸਟਰ ਬਾਬੇ ਬਰਿਆਮ ਸਿੰਘ ਨੂੰ ਕਹਿੰਦਾ ਇਹਦਾ ਪੜ੍ਹਿਆ ਲਿਖਿਆ ਰੱਖਣ ਵਾਲਾ ਸੰਦ ਆ ਬਾਬਾ ਜੀ
ਉਹਦਾ ਪਤਾ ਨੀ ਬੇਬੇ ਕਿਵੇਂ ਖੀਸੇ ਚ ਪਾਈ ਫਿਰਦੀ ਹੋਊ। ਉਹ ਸਭ ਦੇ ਰੱਖਿਆ ਆਉਂਦੀਆਂ ਖੀਸੇ ਚ, ਕਈ ਤਾਂ ਹੱਥ ਚ ਫੜ ਕੇ ਤੁਰਦੀਆਂ ਜਿਵੇਂ ਬਟੇਰਾ ਫੜਿਆ ਹੋਇਆ ਹੁੰਦਾ। ਨਾਥੇ ਅਮਲੀ ਨੇ ਫਿਰ ਸਿੱਧਿਆ ਮਾਸਟਰ ਵੱਲ, ਤੂੰ ਵੀ ਮਾਸਟਰ ਪੜਿਆ ਲਿਖਿਆ, ਤੂੰ ਦਿਖਾ ਸਾ ਤੇਰੇ ਕੋਲ ਚੂਹਾ ਜਿਹਾ ਹੈਗਾ ਏ। ਮਾਸਟਰ ਕਹਿੰਦਾ ਮੈਂ ਤਾਂ ਕੀ ਕਰਨਾ ਏ, ਖਰਚੇ ਦਾ ਘਰ ਮਸਾਂ ਟਾਈਮ ਪਾਸ ਕਰੀਦਾ, ਗੱਲ ਤਾਂ ਇਉਂ ਕਰਦੇ ਵੀ ਜਿਹੜਾ ਕੋਈ ਸੰਦ ਚਲਾਉਣਾ ਹੀ ਨਾ ਆਉਂਦਾ ਹੋਵੇ ਉਹ ਰੱਖਣਾ ਕਾਹਦੇ ਲਈ ਹੈ। ਇਹਦਾ ਬਾਬਾ ਫਿਰ ਸਾਡੇ ਪਾਸੇ ਉਧਰਲੇ ਗੁਆਡ ਵਾਲੇ ਰੋਦੂ ਫੌਜੀ ਦੀ ਬੈਟਰੀ ਵਾਲੀ ਗੱਲ ਹੋ ਗਈ। ਬਾਬੇ ਬਰਿਆਮ ਨੇ ਪੁੱਛਿਆ ਕਿਉਂ ਕਿਵੇਂ ਮੱਲਾ? ਸੀਤਾ ਮਾਸੀ ਕਹਿੰਦਾ ਮੇਰਾ ਬਾਪੂ ਦੱਸ ਦਿੰਦੇ, ਕਹਿੰਦਾ ਰੋਦੂ ਫੌਜੀ ਜਦੋਂ ਪਹਿਲੀ ਵਾਰੀ ਫੌਜ ਚ 2 ਮਹੀਨੇ ਦੀ ਛੁੱਟੀ ਆਇਆ, ਆਉਂਦੇ ਆਇਆ 2 ਸਿੱਲਾਂ ਵਾਲੀ ਬੈਟਰੀ ਲੈ ਆਇਆ। ਜਿੰਨਾ ਚਿਰ ਫੌਜੀ ਪਿੰਡ ਰਿਹਾ ਉਨਾ ਚਿਰ ਬੈਟਰੀ ਨੂੰ ਜਗਾ ਕੇ ਦੇਖਿਆ ਕਰੇ, ਤੇ ਸਾਰਾ ਟੱਬਰ ਆਲੇ ਦੁਆਲੇ ਤੁਰਿਆ ਫਿਰਿਆ, ਦੇਖੋ ਕਿਵੇਂ ਇਹਦੇ ਚੋਂ ਲੋ ਆਉਂਦੀ ਆ, ਓਏ ਕਿੰਨੇ ਦੀਵੇ ਚ ਜਗੇ ਹੋਏ ਨੇ ਫੌਜੀ, ਜਗਾ ਖਾਂ ਫੇਰ। ਉਹ ਕਹਿੰਦਾ ਐਸੇ ਨਹੀਂ ਜਗਤੀ ਇਹ, ਜਾਂ ਬਟਨ ਦਬਾਤੇ ਹੈ ਜਬੇ ਜਗਤੀ ਹੈ, ਤੁਮ ਲੋਕੋ ਕੋ ਕਿਆ ਪਤਾ ਹੈ, ਉਰਦੂ ਹਿੰਦੀ ਬੋਲਦੇ ਬਾਬਾ ਜਦ। ਅੱਛਾ ਦੇਖ ਲਾ, ਫੌਜ ਫੌਜੀ ਫੌਜ ਚ ਮੁੜ ਗਿਆ, ਫੌਜੀ ਬੈਟਰੀ ਘਰੇ ਰੱਖ ਗਿਆ। ਇੱਕ ਦਿਨ ਫੌਜੀ ਦੇ ਬੜੇ ਭਤੀਜੇ ਨੇ ਬਾਬਾ ਬੈਟਰੀ ਜਗਾ ਲਈ, ਇੱਧਰ ਉੱਧਰ ਚਾਨਣ ਚੁੰਨ ਜਿਹਾ ਕਰਕੇ ਜਾ ਬੈਟਰੀ ਬੁਝਾਉਣ ਲੱਗਿਆ, ਬੁਝਾਉਣੀ ਨਾ ਆਵੇ, ਉਹਨੂੰ ਪਤਾ ਨਾ ਲੱਗੇ ਵੀ ਬੁਝੂ ਕਿੱਥੇ, ਬਥੇਰੀ ਹਲਾਈ ਹਲੂਈ ਫੂਕਾਂ ਮਾਰੀਆਂ, ਐ ਕਿੱਥੇ ਉਹਨੇ ਬੁਝਣਾ ਸੀ, ਉਧਰੋਂ ਰਾਤ ਹੋ ਗਈ। ਦੇਖ ਲਾ ਸਿਆਲ ਦੀ ਰੋਤ, ਫੌਜੀ ਦਾ ਪਿਓ ਬਜ਼ੁਰਗ ਹਰੀ ਸਿੰਘ ਤੂੜੀ ਵਾਲੇ ਸਭਾ ਚ ਪਿਆ, ਉਹ ਬਾਬਾ ਅੱਡ ਅੱਡ ਹਾਲ ਹਾਲ ਕਰੀ ਜਾਵੇ, ਉਹ ਅੱਧੀ ਰਾਤ ਹੋਈ ਪਈ ਆ, ਦੀਵਾ ਤਾਂ ਬੰਦ ਕਰ ਦੋ, ਓਏ ਓਏ ਆਤਾ ਉਹ ਦੀਵਾ ਬੰਦ ਕਰ ਯਾਰ। ਜਗਦੀ ਸੀ ਬਾਬਾ ਬੈਟਰੀ, ਨਿਆਣਾ ਸਿਆਣਾ ਸਾਰੇ ਬੈਟਰੀ ਆਲੇ ਦੁਆਲੇ ਇਕੱਠੇ ਹੋ ਗਏ, ਵਿਆਹ ਵੇਲੇ ਬੁੜੀਆਂ ਆਟੇ ਚ ਪਾਣੀ ਪਾ ਕੇ ਹੱਥ ਚ ਬੈਠੀਆਂ ਹੁੰਦੀਆਂ, ਬੈਟਰੀ ਬਾਬਾ ਬੁਝਣ ਦਾ ਨਾਂ ਨਾ ਲਏ। ਜਿਉਂ ਲੱਗੇ ਜਵਾਕ ਜਿੱਦ ਜਿੱਦ ਕੇ ਫੂਕਾਂ ਮਾਰਨ, ਫੂਕਾਂ ਨਾਲ ਬੈਟਰੀ ਹੋਰ ਮੈਨੂੰ ਲੱਗਦਾ ਤੇਜ਼ ਹੋਈ ਜਾਵੇ। ਬੇਬੇ ਅੱਡ ਭੂਕਣਾ ਚੱਕੀ ਫਿਰੇ ਬੈਟਰੀ ਤੇ ਫੂਕਾਂ ਮਾਰਨ ਨੂੰ, ਬੜਾ ਤੂੜੀ ਵਾਲੇ ਪਿਆ ਹਾਲ ਹਾਲ ਕਰੀਏ। ਫੌਜੀ ਦਾ ਛੋਟਾ ਭਤੀਜਾ ਬੇਬੇ ਬਾਪੂ ਨੂੰ ਕਹਿੰਦਾ, ਬਾਪੂ ਇਹਦਾ ਬੈਟਰੀ ਜਗਦੇ ਜਿਹੜੀ ਚਾਚਾ ਲਿਆ ਸੀ ਬੁਝਦੀ ਨੀ। ਬਾਪੂ ਫਿਰ ਬੋਲਿਆ, ਕਿਹੜੀ ਬੈਟਰੀ, ਹਲੇ ਦੀਵਾ ਜਗਾਈ ਬੈਠੇ, ਬਜਾਓ ਇਹਨੂੰ। ਜਦੋਂ ਬੁੜੇ ਨੇ ਇਹ ਗੱਲ ਕਹੀ ਤਾਂ ਜਵਾਕ ਬੈਟਰੀ ਲੈ ਕੇ ਜਦ ਬੁੜੇ ਆਲੂ ਤੂੜੀ ਵਾਲੇ ਨੂੰ ਲੈਣ ਗਏ ਤਾਂ ਬੇਬੇ ਨੇ ਉੱਚੀ ਉੱਚੀ ਰੌਲਾ ਪਾਤਾ, ਪੈ ਗਈ ਜਵਾਕਰ ਬਹਿ ਪੁੱਤਰ ਜੋ ਉਧਰ ਨਾ ਲੈ ਜਾਓ, ਆਪਣੇ ਬਾਪੂ ਵੱਲ ਤੂੜੀ ਨੂੰ ਅੱਗ ਲੱਗ ਜਾਓ, ਨਾਲੇ ਬਾਪੂ ਨੂੰ ਬਚਾਓਗੇ, ਹੋਰ ਜਾ ਜਾਂਦੀ ਕਰੋਗੇ, ਉਹਦੇ ਲਿਆ ਨੂੰ ਪਾਣੀ ਨਾਲ ਬੁਝਾ ਕੇ ਦੇਣੇ ਆ। ਕਹਿੰਦਾ ਬੁੜੀ ਨੇ ਪਹਿਲਾਂ ਤਾਂ ਬਾਬਾ ਪਾਣੀ ਦੇ ਛਿੱਟੇ ਛੁੱਟੇ ਮਾਰੇ, ਜਾਂ ਨਾ ਗੱਲ ਬਣੀ ਫਿਰ ਆਪਣੀ ਨੂੰਹ ਨੂੰ ਬਾਜੇ, ਮਲਕੀਤ ਕੋਲੇ ਲਿਆ ਪੁੱਤ ਪਾਣੀ ਦੀ ਬਾਲਟੀ, ਇਹ ਜੱਬ ਖਾਨਾ ਨਵੇੜੀਏ ਇਹਦਾ। ਕਹਿੰਦਾ ਮਲਕੀਤ ਕੋਲ ਪਾਣੀ ਦੀ ਬਾਲਟੀ ਲਈ, ਬੁੜੀ ਨੇ ਬੈਟਰੀ ਪਾਣੀ ਦੀ ਭਰੀ ਬਾਲਟੀ ਚ ਰੱਖ, ਪਾਣੀ ਚ ਵੀ ਜਗੀ ਗਈ। ਕਹਿੰਦੇ ਇਹ ਤਾਂ ਬਾਹਰਲੀ ਓਪਰੀ ਸ਼ਾਇਦ ਆ, ਪਾਣੀ ਚ ਵੀ ਜਗਦੀ ਹੈ, ਇਹ ਕਿਹੜਾ ਦੀਵਾ ਹੋਇਆ ਯਾਰ ਜਿਹੜਾ ਹਟਦਾ ਹੀ ਨੀ। ਮੁੜ ਕੇ ਹੌਲੀ ਹੌਲੀ ਪਾਣੀ ਦੇਖ ਲਾ ਸਿੱਲਾ ਚ ਬਾਬਾ ਪੈ ਗਿਆ, ਤੇ ਤਾਂ ਬੈਟਰੀ ਬੁਝੀ, ਸਾਰਾ ਟੱਬਰ ਬਾਬਾ ਉਹ ਨੱਚਦਾ ਫਿਰੇ ਜਿਵੇਂ ਗਾਹਾਂ ਕਿਤੇ ਬਰਮਾ ਦੀ ਜੰਗ ਜਿੱਤ ਕੇ ਆ ਜਾਂਦਾ। ਨਾ ਤਾਂ ਅਮਲੀ ਕਹਿੰਦਾ, ਲੈ ਹੋਰ ਸੁਣ ਲਾ, ਤੇਰਾ ਬਜਰੰਗੇ ਬੁੜੇ ਕੀ ਬੇਬੇ ਨੇ ਨਾ ਰੇਡੀਆ ਭੰਨਿਆ ਸੀ, ਉਹ ਬੇਬੇ ਨੇ ਕਿਤੇ ਉਹਦਾ ਭਮੀਰੀ ਜੀ ਘਕਾ ਕੇ ਰੇਡੀਆ ਬੁਲਾ ਤਾ, ਫਿਰ ਬੰਦ ਨਾ ਕਰਨਾ ਵੇ। ਉਧਰੋਂ ਰਾਤ ਹੋ ਗਈ, ਘਰੇ ਕੱਲੇ ਜਵਾਕ, ਬੰਦੇ ਖੇਤ ਨੂੰ ਕੱਸੀ ਦੀ ਪਾਣੀ ਲਾਉਣ ਗਏ ਹੈ। ਭਾਈ ਬੇਬੇ ਨੇ ਜਨੌਰਾਂ ਨੂੰ ਜਿਵੇਂ ਡਾਉਣਾ ਹੋਏ, ਬਥੇਰੀ ਹਾਰ ਸਹੂਰਤ ਕੀਤੀ, ਠੰਡੂ ਰਾਮ ਵਰਗੇ ਡੱਬੇ ਚ ਕਿੱਥੇ ਹਟਦੇ ਆ ਬੋਲਣੋ। ਉਹਨਾਂ ਨੂੰ ਬਹੁਤ ਡਰਾਇਆ, ਤੂੰ ਕਹਿ ਚੁੱਪ ਕਰੋ, ਲਹੂ ਕਿਉਂ ਪੀਣਾ ਲਿਆ ਤੁਸੀਂ, ਪਿੰਡ ਦੀਆਂ ਚੁਗਲੀਆਂ ਕਰਦੇ ਹੋ। ਕਹਿੰਦਾ ਜਦ ਨਾ ਬਾਬਾ ਬੰਦ ਹੋਈ, ਹਾਰ ਕੇ ਬੇਬੇ ਨੇ ਮਾਰ ਕੇ ਘੋਟਣਾ ਰੇੜੀ ਦੀਆਂ ਖਲਪਾੜਾਂ ਕਰਤੀਆਂ, ਕਹਿੰਦੀ ਖੜ ਜਾਓ ਮੇਰੇ ਪਿਓ ਦੇ ਲੱਗਦੇ ਹੋ, ਤੁਹਾਨੂੰ ਤਾਂ ਮੈਂ ਕਰਾਉਣੀਆਂ ਚੁਗਲੀ, ਕਿਉਂ ਬਾਬਾ ਰੇੜੀਏ ਨਾਲ ਹੋਈ। ਇੰਨਾ ਗੱਲ ਸੁਣ ਕੇ ਨਾਥ ਆਉਂਲੀ ਕਹਿੰਦਾ ਵੀ ਠੰਡ ਹੋ ਗਈ, ਮੈਂ ਤਾਂ ਤੁਰਦਾ। ਜੋ ਹੀ ਨਾਥ ਆਉਂਲੀ ਸੜਕ ਚੋਂ ਉੱਠ ਕੇ ਤੁਰਿਆ, ਪਿੱਛੋਂ ਬੰਦੇ ਦੇ ਬਾਕੀ ਤੁਰ ਪਏ, ਤੁਰੇ ਜਾਂਦੇ ਨਾਥ ਨੇ ਖੀਸੇ ਨੂੰ ਹੱਥ ਪਾ ਲਿਆ। ਬਾਬਾ ਬ੍ਰਹਮਾ ਕਹਿੰਦਾ ਉਹ ਨਾਥੇ, ਕਹਿੰਦਾ ਹਾਂ ਬਾਬਾ, ਤੂੰ ਖੀਸੇ ਨੂੰ ਹੱਥ ਪਾਈ ਜਾਂਦਾ, ਤੂੰ ਤਾਂ ਨੀ ਉਹੋ ਜਿਹਾ ਲਈ ਫਿਰਦਾ ਚੂਹਾ ਚਾਹਾ ਕੋਈ? ਉਹ ਕਹਿੰਦਾ ਨਾ ਨਾ, ਮੈਂ ਕਿੱਥੇ ਉਹੋ ਜਿਹਾ ਸਮਾਨ, ਮੈਂ ਤਾਂ ਆਪਣਾ ਰਾਤ ਦਾ ਜਗਾੜ ਸਾਂਭਦਾ, ਕਿਤੇ ਖੀਸੇ ਚ ਕੋਈ ਡਿੱਗ ਨਾ ਜਾਵੇ ਬਾਹਰ। ਕਹਿੰਦਾ ਮੂਹਰੇ ਨਾਥ ਆ, ਪਿੱਛੇ ਸਾਰਾ ਪਿੰਡ। ਬਾਬੇ ਸਿਕੰਦਰ ਸਿੰਘ ਬਰਾੜ ਭਗਤਾ ਭਾਈ ਕਾ ਨਵੇਂ ਸੰਦ ਪੁਰਾਣਾ ਯੁੱਗ, ਵਪਾਰਕ ਸੰਦੇਸ਼, 15 ਕੁ ਮਿੰਟ ਰਹਿਣਗੇ ਤੇ ਉਹਦੇ ਚ ਤੁਹਾਡੇ ਨਾਲ ਮੈਂ ਕਰਦਾ ਗੱਲ, ਜਿਹੜੀ ਜਦ ਚੀਜ਼ ਦਾ ਪਤਾ ਨਾ ਹੋਵੇ, ਅੱਜ ਤੋਂ 20-25 ਸਾਲ ਪਹਿਲਾਂ ਜੇ ਕੋਈ ਸਟਿਆਟ ਕਰਨੀ ਹੋਵੇ ਤੇ ਬੰਦ ਨਾ ਕਰਨੀ ਆਉਂਦੀ ਹੋਵੇ, ਸੱਚ ਦੱਸਿਓ, ਜਾਂ ਇੱਥੇ ਆ ਕੇ ਵੀ ਕੋਈ ਚੀਜ਼ ਇਹੋ ਜਿਹੀ ਕਰ ਲਈ ਹੋਵੇ ਜਿਹਦਾ ਪਤਾ ਨਾ ਹੋਵੇ। ਸਟਾਰਟ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰ, ਇੱਥੇ ਨਿਊਟਨ ਵਾਲੀ ਲਾਇਬ੍ਰੇਰੀ ਚ ਇੱਕ ਭੱਦਰ ਪੁਰਸ਼ ਬੈਠਾ ਸੀ,
ਉਹਨੇ ਗਲਤ ਮੂਵੀ ਚਲਾ ਲਈ ਸੀ ਉੱਥੇ। ਜਦੋਂ ਮੂਵੀ ਗਲਤ ਚਲਾ ਲਈ ਉਹ ਬੰਦ ਨਾ ਹੋਵੇ, ਜਦ ਪੌਪ ਅਪ ਹੋਈ ਜਾਵੇ ਇੱਕ ਬੰਦ ਕਰੇ, ਦੂਜੀ ਖੁੱਲ ਜੇ, ਦੂਜੀ ਖੁੱਲ ਜੇ, ਤੀਜੀ ਖਿਲ ਜਾਵੇ, ਅੰਦਰੋਂ ਗੋਰੀ ਆ ਗਈ, ਮੈਨੇਜਰ ਅੰਦਰੋਂ ਦੇਖਦੇ ਹੁੰਦੇ ਨੇ, ਉਹਨੇ ਜਦ ਅੱਖਾਂ ਜੀਆਂ ਕੱਢੀਆਂ ਉੱਠ ਕੇ ਤੁਰ ਗਿਆ, ਕਹਿੰਦਾ ਤੂੰ ਹੀ ਬੰਦ ਕਰ ਲਾ ਮਿੱਤਰ, ਮਿੱਥੋਂ ਨੀ ਹੁੰਦੀ। ਵਪਾਰਕ ਸੰਦੇਸ਼ ਮੁੜ ਕੇ ਗਗਨਦੀਪ ਸਿੰਘ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ ਚੌਹਾਨ ਸਾਹਿਬ। ਇਹ ਗੱਲ ਬਹੁਤ ਪੁਰਾਣੀ, 35 ਸਾਲਾਂ ਦੀ ਗੱਲ ਹੋਣੀ ਵਾ, ਛੋਟਾ ਜਿਹਾ। ਇਹ ਤਾਂ ਮੈਨੂੰ ਕਿਸੇ ਰਿਸ਼ਤੇਦਾਰ ਨੇ ਭੇਜਤੀ ਬਾਹਰੋਂ ਹੀ ਨੰਬਰਾਂ ਵਾਲੀ, ਤੇ ਚਲੋ ਆਤ ਹੁੰਦੀ ਆ ਪੰਗੇ ਲਈ ਜਾਣੇ ਆ, ਤੇ ਕੁਛ ਦੱਬਦਿਆਂ ਦੁੱਬਦਿਆਂ ਕੁਛ ਐਸਾ ਸੈੱਟ ਹੋ ਗਿਆ, ਉਹ ਅਲਾਰਮ ਚੱਲ ਪਿਆ ਕਰੇ ਉਹਦਾ ਜੀ, 10-15 ਮਿੰਟਾਂ ਦਾ ਘੜੀ ਦਾ ਜੀ, ਹੱਥ ਵਾਲੀ ਨੰਬਰਾਂ ਵਾਲੀ ਘੜੀ ਸੀ ਜੀ, ਕਿਤੇ ਹੱਥ ਹੁੱਥ ਲਾ ਦੇ, ਕਿਤੇ ਅਲਾਰਮ ਚੱਲ ਪਿਆ ਕਰੇ ਉਹਦਾ 10-15 ਮਿੰਟ, ਜਿੱਦਾਂ ਹੁਣ ਸਮੂਥ ਬਟਨ ਚੱਲਦਾ ਨਾ ਆਪਣੇ ਅਲਾਰਮ ਦਾ, ਉਹ ਪਤਾ ਲੱਗੇ ਨਾ ਜੀ ਕਿੱਦਾਂ ਬੰਦ ਕਰਨੀ। ਮੈਂ 2-3 ਦਿਨ ਤਾਂ ਮੈਂ ਨਾ ਜੀ ਕੱਪੜੇ ਚ ਬੰਨ ਕੇ ਅਲਮਾਰੀ ਚ ਲੁਕੋ ਛੱਡੀ, ਮੈਂ ਕਿਹਾ ਘਰਦਿਆਂ ਨੇ ਕਹਿਣਾ ਤੈਨੂੰ ਕੀ ਕਰਤਾ ਇਹਨੂੰ, ਕੱਲ ਆਈ ਆ ਹਲੇ 2 ਦਿਨ ਹੋਏ ਤੈਨੂੰ ਘੜੀ ਮਿਲੀ, ਉਹ ਖਰਾਬ ਵੀ ਕਰਤੀ। ਚਲੋ ਜੀ ਹੌਲੀ ਹੌਲੀ ਮੈਂ ਕੱਢੀ, ਫਿਰ ਘਰਦਿਆਂ ਨੂੰ ਦੱਸੀ, ਘਰਦਿਆਂ ਨੇ ਵੀ ਹੱਥ ਪੱਲਾ ਮਾਰਿਆ, ਨਹੀਂ ਜੀ ਅੱਧਾ ਅੱਧਾ ਪਿੰਡ ਕੋਲ ਗਏ ਹੋਣੇ ਆ ਜੀ, ਕਿਸੇ ਨੂੰ ਪਤਾ ਨਾ ਲੱਗੇ ਜੀ, ਤੇ ਏਦਾਂ ਹੀ ਫਿਰ ਕਿਸੇ ਨੂੰ ਸਮਝ ਲੱਗੀ ਇਹ ਤਾਂ ਕਰਨਾ ਕੀ ਆ, ਤੇ ਏਦਾਂ ਕਿਤੇ ਕੋਈ ਹੋਰ ਕਿਸੇ ਨੇ ਛੇੜਦੇ ਛੁੜਦੇ ਤਾਂ ਅਲਾਰਮ ਬੰਦ ਹੋ ਗਿਆ ਜੀ, ਨਾ ਉਹਦਾ ਪਤਾ ਲੱਗਾ ਕਿੱਦਾਂ ਸ਼ੁਰੂ ਹੋਇਆ ਤਾਂ ਨਾ ਪਤਾ ਲੱਗਾ ਜੀ ਕਿੱਦਾਂ ਮੁੱਕਿਆ, ਫਸ ਗਈ ਜੀ ਘੜੀ ਦਾ। ਓਕੇ ਭਾਜੀ, ਥੈਂਕ ਯੂ। ਸਿੰਘ ਚੌਹਾਨ ਗ੍ਰੀਨਵੁੱਡ ਤੋਂ। ਸਰ ਕੁਲਦੀਪ ਸਿੰਘ ਲਾਈਨ ਨੰਬਰ 3। ਬੇਨਤੀ ਆ ਵੀ ਦੋ ਸੁਣਾਉਣੀ ਤੁਹਾਨੂੰ, ਗੱਲਾਂ ਘੜੀ ਵਾਲੀ ਸੁਣਾਉਣੀ ਆ, ਇੱਕ ਇਹ ਸੁਣਾਉਣੀ ਆ ਫੇਰ ਇੱਕ ਵਾਰ, ਪਿੱਛੇ ਟਵਿੱਟਰ ਹੁੰਦੇ ਸੀਗੇ ਤੁਹਾਨੂੰ ਪਤਾ ਹੀ ਆ, ਟਵਿੱਟਰ ਹੁੰਦੇ ਸੀ ਆਪਣੇ ਵੇਲੇ ਜਦੋਂ ਟਵਿੱਟਰ ਹੁੰਦੇ ਸੀ, ਤੇ ਪਿੱਛੇ ਦਾ ਕਿਸੇ ਦੇ ਘਰ ਖੜਾ ਸੀ ਜੀ, ਅਸੀਂ 5-4 ਮੁੰਡੇ ਖੇਡਦੇ ਫਿਰਦੇ ਸੀ, ਤੇ ਉਹ ਖੇਤ ਘਰ ਤੇ ਨਹੀਂ ਸੀਗਾ ਘਰ, ਤੇ ਅਸੀਂ ਸਟਾਰਟ ਕਰਤਾ ਜੀ ਉਹ ਸਟਾਰਟ ਕਰਤਾ, ਮੈਨੂੰ ਹੁਣ ਚੇਤਾ ਨੀ ਸ਼ਾਇਦ ਮੈਂ ਹੀ ਕੀਤਾ, ਤੇ ਜਦੋਂ ਚੱਲ ਪਿਆ ਜੀ ਤੇ ਉਹ ਤਾਂ ਫਿਰ ਵਧਦਾ ਜਾਂਦਾ, ਤੁਹਾਨੂੰ ਪਤਾ ਵੱਧ ਜਾਂਦੇ ਸੀ, ਫਿਰ ਪੁਰਾਣੇ ਜਿਹੇ ਸੀ ਉਹ ਵਧੀ ਗਿਆ, ਤੇ ਸਾਧੂ ਸੂਦ ਨਾ ਆਵੇ, ਤੇ ਉਹ ਜਿਹੜਾ ਮੁੰਡਾ ਸੀ ਘਰ ਵਾਲਾ, ਉਹ ਕਹਿੰਦਾ ਮੇਰਾ ਬਾਪੂ ਆ ਜਾਣਾ ਉਹ ਰੋਈ ਜਾਵੇ, ਅਸੀਂ ਹੱਸੀ ਜਾਈਏ, ਮੈਂ ਪਰ ਉਹ ਹੋਈ ਗੱਲ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਪੂ ਦਾ ਆ ਗਿਆ, ਬਾਪੂ ਨੇ ਸਾਨੂੰ ਨੀ ਕੁਛ ਆਖਿਆ, ਮੈਨੂੰ ਮੇਰਾ ਬਾਪ ਸਰਪੰਚ ਸੀ, ਮੈਨੂੰ ਸਰਪੰਚਾਂ ਸੁਰਚਿਆਂ ਭੋਲ ਦਿੰਦੇ ਨੇ ਭਾਜਾ ਭੈਣ ਚੋ ਤਾਂ, ਤੇ ਉਹ ਦੂਜਾ ਆਪਦੇ ਮੁੰਡੇ ਤੇ ਫਿਰ ਛਿੱਤਰ ਪਲੇਟ ਕੀਤੀ ਜੀ, ਤੇ ਉਹ ਫਿਰ ਉਹਨੇ ਬੰਦ ਕੀਤਾ, ਤੇ ਇੱਕ ਆਹ ਗੱਲ ਆ ਜਿਹੜੀ ਘੜੀ ਵਾਲੀ ਜੀ, ਟੈਮ ਫੀਸ ਨਵੇਂ ਨਵੇਂ ਚੱਲੇ ਸੀ, ਤੇ ਜਦੋਂ ਟੈਮ ਫੀਸ ਨੂੰ ਲਾ ਲਿਆ ਰਾਤ ਨੂੰ, ਉਹ ਮੇਰੀ ਕੱਲੇ ਦੀ ਗੱਲ ਆ ਜੀ, ਉਹਨੂੰ ਲਾ ਲਿਆ ਰਾਤ ਨੂੰ, ਤੇ ਉਹ ਨਵਾਂ ਲਿਆਂਦਾ ਸੀ, ਜਦੋਂ ਲਾ ਕੇ ਤੇ ਉਹ ਸਕਾਰਡ ਪਾਤਾ, ਉਹਨੇ ਪਾਉਣਾ ਸੀ ਸਕਾਰਡ, ਉਹ ਬਟਨ ਦੱਸਿਆ ਵੇ ਨਾ, ਤੇ ਮੇਰੀ ਮਾਤਾ ਮੇਰੀ ਕਹੇ ਬੰਦ ਪੈਣੇ ਪਿੰਜਰਾ, ਇਹਨੂੰ ਕੀ ਕਰਾ ਤਾ ਤੂੰ, ਮੈਂ ਕਿਹਾ ਬੀਬੀ ਬੰਦ ਹੀ ਨੀ ਹੁੰਦਾ ਇਹ, ਉਹ ਮੈਂ ਉਹ ਗੱਲ ਹੀ ਆ ਬਾਈ ਵਾਲੀ ਗੱਲ, ਵਧੀਆ ਇੱਕ ਵੇਟ ਤੇ ਰੱਖਿਆ ਜੀ, ਧੰਨਵਾਦ। ਧੰਨਵਾਦ ਜੀ ਦੇਖੋ ਸਾਹਿਬ, ਧੰਨਵਾਦ। ਅਮਨਦੀਪ ਸਿੰਘ ਜੀ ਲਾਈਨ ਨੰਬਰ 4। ਪ੍ਰਭਜੋਤਪਾਲ ਸਿੰਘ ਜੀ ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਿੰਘ ਸਾਹਿਬ ਧੰਨਵਾਦ, ਤੁਸੀਂ ਜਿੱਦਾਂ ਸਾਡੇ ਜਰਨੈਲ ਹਰੀ ਸਿੰਘ ਨਲੂਏ ਉਹਨਾਂ ਦੀ ਗੱਲ ਕੀਤੀ ਹੈਗੀ ਆ, ਤੇ ਜਿੱਦਾਂ ਬਿਲਕੁਲ ਅੱਜ ਅਸੀਂ ਦੂਜਾ ਕੋਰੋਨਾ ਦਾ ਥੋੜਾ ਜਿਹਾ ਟਾਈਮ ਆਇਆ, ਤੇ ਇੱਥੇ ਕੈਨੇਡਾ ਦੀ ਸਰਕਾਰ ਨੇ ਪੈਸੇ ਦੇਣੇ ਸ਼ੁਰੂ ਕੀਤੇ, ਤਾਂ ਬੜੇ ਅਸੀਂ ਚਰਚਾ ਕਰਦੇ ਹਾਂ, ਦੂਜਾ ਆਪਣੇ ਤੇ ਜਿਹੜਾ ਟਰੂਡੋ ਨੇ ਆ ਕਰਤਾ, ਉਹਨੇ ਆ ਕਰ ਦਿੱਤਾ, ਹਰੀ ਸਿੰਘ ਉਹ ਜਰਨੈਲ ਸੀ ਜਿਹਨੂੰ ਉਸ ਵੇਲੇ ਵਕਤ ਨੂੰ ਪਛਾਣ ਕੇ ਜਦੋਂ ਕਸ਼ਮੀਰ ਦੇ ਵਿੱਚ ਉਹਨਾਂ ਨੇ ਉੱਥੇ ਨਵਾਬੀ ਲਈ ਆ, ਤੇ ਉਦੋਂ ਉੱਥੇ ਅਕਾਲ ਪਿਆ ਸੀ, ਉਸ ਵੇਲੇ ਜਿਹੜੇ ਆ ਭੰਡਾਰੇ ਖੋਲ ਦਿੱਤੇ ਸੀ ਲੋਕਾਂ ਲਈ, ਲੈ ਜਾਓ ਜੋ ਕੁਛ ਹੈਗਾ ਆ, ਕੋਈ ਨੀ ਤੁਸੀਂ ਆਪਣਾ ਬਚਾਓ, ਬਾਕੀ ਬਾਅਦ ਚ ਦੇਖਿਆ ਜਾਊਗਾ, ਤੇ ਫਿਰ ਉਸ ਤੋਂ ਬਾਅਦ ਜਦੋਂ ਬਿਜਾਈ ਦਾ ਵੀ ਮੁੜ ਕੇ ਟਾਈਮ ਆਇਆ, ਤੇ ਉਸ ਵੇਲੇ ਉੱਥੋਂ ਭੰਡਾਰਿਆਂ ਵਿੱਚੋਂ ਸਰਕਾਰੀ ਭੰਡਾਰਿਆਂ ਚੋਂ ਜਿਹੜਾ ਆ ਉਹਨਾਂ ਨੂੰ ਬੀਜ ਦਿੱਤਾ ਗਿਆ, ਅਗਲੇ ਸਾਲ ਫਸਲਾਂ ਬਹੁਤ ਵਧੀਆ ਹੋਈਆਂ, ਤੇ ਉੱਥੇ ਜਿਹੜਾ ਲਹਿਰਾਂ ਵਹਿਰਾਂ ਹੋ ਗਈਆਂ, ਉਸ ਤੋਂ ਬਾਅਦ ਜਿਹੜੇ ਆ ਹਰੀ ਸਿੰਘ ਨਲੂਏ ਉਹਨਾਂ ਦੀ ਜਿਹੜੀ ਆ ਪਾਪੂਲੈਰਿਟੀ ਇੰਨੀ ਵੱਧ ਗਈ, ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਇੱਕੋ ਇੱਕ ਹੋਏ ਆ ਜਿਹਨਾਂ ਨੂੰ ਆਪਣਾ ਸਿੱਕਾ ਜਿਹੜਾ ਆ ਛਾਪਣ ਦੀ ਇਜਾਜ਼ਤ ਮਿਲੀ ਸੀ, ਉਹ ਵੀ ਉਹਨੇ ਗੁਰੂ ਸਾਹਿਬ ਦੇ ਨਾਂ ਕਰ ਦਿੱਤਾ ਸੀ। ਸੋ ਅਸੀਂ ਜਿਹੜੀਆਂ ਗੱਲਾਂ ਆ
अपना पिछोकड़ भुली बैठे हाँ तो अज असी गुलाम हो दूसर के पिछे दूजा भुखारी आंगू फिर रहे हैं असी अपना वजूद भुल के जदों साडा हाल भी ताइयों एह होया हैगा आ जे असी थोड़े जे अपने बजुर्गां ने जो किया हैगा सानू गुरु साहब ने जो दस्या जे उधर नू चलीए ते असी तो सृष्टि नू एक वधिया राज दे सकदे आ यूएनओ दे विच तुहाडियां गल्लां हुंदियां आ अमेरिका दे जिहड़ा आ हाउस दे विच जाके उत्थे तुहाडे राज दीआं गल्लां हुंदियां सारे पासे दुनिया च वाह वाह होई हो आ सिख धर्म दी सिख राज दी पर असी अपना वजूद कदों पछाणांगे इस गल की हैरानी होंगी असी की बस मरासी वाला काम ही रह गया साडे को माफ करियो मरासी मैं जात के तौर पर नहीं एक प्रोफेशन के तौर पर ना लिया है वाहेगुरु जी खालसा वाहेगुरु जी फतेह जी वाहेगुरु जी खालसा वाहेगुरु फतेह जी प्रोग्राम तुहाडे तक ग्रैंड ताज वाले पहुंचाउंदे ने 604-5993-4342 सरी दा ताज ग्रैंड ताज हरपाल सिंह सूच सुचा सिंह पड्डा 604-5993-4342 तुसीं पार्टी कोई करनी है जद भी शुरू हुई एक बार ग्रैंड ताज च जरूर पार्टी करियो वेखियो भी वाकई फर्क है या नहीं जेरी बराड 604-7268-8899 बेस्ट डील ऑन बेस्ट रेट्स जेरी बराड 604-7628889 रेजिडेंशियल कमर्शियल कंस्ट्रक्शन मॉर्गेज जेरी बराड गगन सिंह पंजाब फॉरन एक्सचेंज 604-349-1313 पंजाब नूं डॉलर दा रेट रुपईयां दे डॉलर गगन सिंह ईल फाइनेंशियल दे कुलदीप सिंह गिल गुरजोत सिंह गिल रूमी 604-503-6969 कोई भी किसी किस्म की मशीनरी लैनी है ते तुसीं याद रखियो ईल फाइनेंशियल कुलदीप सिंह गिल गुरजोत सिंह गिल रूमी ट्रक ट्रेलर डंप ट्रक लैना नवा जां पुराना जां कोई मशीनरी एक्सकवेटिंग दी मशीनरी लैनी है एक्सकवेटिंग कोई लैना रोलर डोजर लैना हां पेवर लैनी है याद रखियो 604-503-6969 पील फाइनेंशियल सस्ता लोन तुहानू लैके दिंदे आ संधू ते सराह मॉर्गेज विक्रम सराह ते शविंदर संधु एबसफोर्ड दे विच 778-552-6068 778-241-3342 बैंकां करनियां ना कॉल करो संधू ते सराह मॉर्गेज रविंदर सिंह थिंद थिंक इंश्योरेंस 604-828-7213 अल्बर्टा बीसी सिवामा लाइफ इंश्योरेंस क्रिटिकल इलनेस मॉर्गेज सुपर वीजा डिसेबिलिटी दी इंश्योरेंस 10% अजकल ऑफ बिल्कुल सारियां जिन्नियां भी तुहाडे मंथली किश्त है उस 10% ऑफ चल रहा है अज ही टर्म इंश्योरेंस अद्धे मिलियन की जे थोड़ी 40 साल तो 50 दे विच उम्र है लख स्टॉक डॉलर दे विच हाफ मिलियन डॉलर दी अपनी इंश्योरेंस करा सकते हो ਬਟਨ ਹੁੰਦਾ ਸੀਗਾ ਗਰਮ ਠੰਡਾ ਇੱਕ ਪਾਸੇ ਨੂੰ ਘੁਮਾ ਕੇ ਗਰਮ ਪਾਸੇ ਠੰਡਾ ਹੁਣ ਵੀ ਏਦਾਂ ਹੀ ਹੈ ਸਾਨੂੰ ਪਤਾ ਨੀ ਸੀ ਪਹਿਲਾਂ ਜਿੱਦਣ ਆਏ ਮੰਮੀ ਤੇ ਗਰਮ ਪਾਸੇ ਨੂੰ ਘੁਮਾ ਕੇ ਪਾਣੀ ਛੱਡ ਹੋ ਗਿਆ ਮੈਂ ਨਹਾਉਣ ਲੱਗਿਆ ਨਾ ਤਾਂ ਮੈਂ ਡਰਦਾ ਕਿਸੇ ਨੂੰ ਦੱਸਾਂ ਨਾ ਕੁਛ ਕਰਾਂ ਹਰ ਗਰਮ ਪਾਣੀ ਨਾਲੇ ਕੀਲਾ ਤੌਲੀ ਕਰਕੇ ਪਿੰਡਾਂ ਸਾਫ਼ ਕਰਿਆ ਉਹ ਦਿਨ ਨੀ ਭੁੱਲਦਾ ਹੁਣ ਤੱਕ ਬਹੁਤ ਔਖੇ ਹੋਏ ਹਾਂਜੀ ਉਦਣ ਫਿਰ ਏਦਾਂ ਹੀ ਸਾਫ਼ ਕਰਿਆ ਪਿੰਡਾਂ ਕਿ ਗਰਮ ਤੌਲੀਆ ਵੀ ਇੰਨਾ ਗਰਮ ਪਾਣੀ ਗਰਮ ਹੋ ਗਿਆ ਪਿੰਡੇ ਨੂੰ ਆਤਾ ਲੱਗ ਤੌਲੀਆ ਵੀ ਨੀ ਲੱਗਦਾ ਓਕੇ ਥੈਂਕ ਯੂ ਹਰਦੀਪ ਸਿੰਘ ਸੰਧੂ ਜੀ ਲਾਈਨ ਨੰਬਰ 3 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਗਿੱਲ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਵੀਰ ਜੀ ਜੀ ਬਹੁਤ ਵਧੀਆ ਤੁਸੀਂ ਅੱਜ ਹਰੀ ਸਿੰਘ ਨਲਵੇ ਦੀ ਸੁਣਾਈ ਹੈ ਮੈਂ ਥੋੜੀ ਜਿਹੀ ਆਪਦੀ ਜਾਣਕਾਰੀ ਦੇਣ ਲੱਗਾ ਜਿੱਥੇ ਮੇਰਾ ਜਨਮ ਹੋਇਆ ਪਾਕਿਸਤਾਨ ਗੁਰੂ ਅਰਜਨ ਦੇਵ ਵੀ ਸਾਡੇ ਪਿੰਡ ਗਏ ਸੀ ਪਹਿਲਾਂ ਉਹਨਾਂ ਸਾਡਾ ਖੂਹ ਮਿੱਠਾ ਕੀਤਾ ਫਿਰ ਸਾਨੂੰ ਜਾਂਦੇ ਸਰਦਾਰੀ ਬਖਸ਼ ਗਏ ਸਿੱਖਾਂ ਦੀਆਂ 12 ਮਿਸਲਾਂ ਬਣੀਆਂ ਸਾਡੀ ਮਿਸਲ ਦਾ ਮਾਰਕ ਬਣਿਆ ਹੀਰਾ ਸਿੰਘ ਇਹ ਮੇਰੀਆਂ 5-4 ਲੈਣਾ ਗੀਤ ਜੀ ਲਿਖਿਆ ਨੇ ਸੁਣਾ ਸਕਦਾ ਜੀ ਹਾਂ ਸੁਣਾਓ ਜੀ ਸੁਣਾਓ ਜੀ ਜਿਸ ਪਿੰਡ ਵਿੱਚ ਦਾਸ ਦਾ ਜਨਮ ਹੋਇਆ ਪਿੰਡਾਂ ਵਿੱਚ ਪਿੰਡ ਬਹੁਤ ਮਹਾਨ ਆ ਪਿੰਡ ਮੇਰੇ ਦੀ ਚਰਨਾਂ ਨੂੰ ਛੂਹ ਪ੍ਰਾਪਤ ਹੈ ਗੁਰੂ ਅਰਜਨ ਦੇਵ ਜੀ ਗੁਰੂਆਂ ਵਿੱਚ ਗੁਰੂ ਮਹਾਨ ਆ ਮੇਰੇ ਵੱਡੇ ਵਡੇਰਿਆਂ ਕੀਤੀ ਸੇਵਾ ਨੂੰ ਲੱਗਿਆ ਮੇਵਾ ਪਹਿਲਾਂ ਸਾਡਾ ਉਹਨਾਂ ਖਾਰਾ ਖੂਹ ਮਿੱਠਾ ਕੀਤਾ ਗੁਰੂ ਅਰਜਨ ਦੇਵ ਜੀ ਹਨ ਬਹੁਤ ਮਹਾਨ ਆ ਜਾਂਦੇ ਜਾਂਦੇ ਸਾਨੂੰ ਸਰਦਾਰੀ ਬਚ ਕੇ ਜਾਣ ਸਿੱਖਾਂ ਦੀਆਂ 12 ਮਿਸਲਾਂ ਬਣੀਆਂ ਸਾਡੀ ਮਿਸਲ ਦਾ ਮਾਲਕ ਮੇਨਾ ਹੀਰਾ ਸਿੰਘ ਨੇ ਕਈ ਜੋ ਮਿਸਲਾਂ ਵਿੱਚੋਂ ਮਿਸਲ ਮਹਾਨ ਸਾਡੇ ਪਿੰਡ ਦੀ ਸ਼ਾਦੀ ਪਹਿਲੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਜੋ ਰਾਜਿਆਂ ਵਿੱਚੋਂ ਬਹੁਤ ਰਾਜਾ ਹੋਇਆ ਮਹਾਨ
ਸਾਡੇ ਪਿੰਡ ਦੀਆਂ ਕੁੜੀਆਂ ਨੇ ਜੀਜੇ ਨੂੰ ਮਖੌਲ ਕੀਤਾ, ਆਖਿਆ ਸਾਡਾ ਜੀਜਾ ਸਾਹਿਬ ਨੂੰ ਇੱਕ ਅੱਖ ਨਾਲ ਵੇਖਦਾ, ਜੋ ਦੁਨੀਆਂ ਵਿੱਚ ਜੀ ਹੋਇਆ ਮਹਾਨ ਆ। ਸਾਡੇ ਜੀਜਾ ਜੀ ਬਹੁਤ ਹਨ ਦਾਨੀ, ਪੰਜ ਰੁਪਏ ਖੱਡੀ ਵਾਲੇ ਨੂੰ, ਛੇ ਛੇ ਰੁਪਏ ਤਾਣੇ ਵਾਲੇ ਨੂੰ ਕਰਦੇ ਹਨ ਦਾਨ। ਪਿੰਡ ਮੇਰਾ ਹੈ ਬੈੜਵਾਲ, ਤਹਿਸੀਲ ਹੈ ਮੇਰੀਆਂ ਚੂਣੀਆਂ, ਜ਼ਿਲ੍ਹਾ ਮੇਰਾ ਲਾਹੌਰ, ਜੋ ਲਾਹੌਰ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਮਹਾਨ। 1940 ਵਿੱਚ ਮੇਰਾ ਜਨਮ ਹੋਇਆ, ਪਾਕਿਸਤਾਨ ਵਿੱਚ ਰਹਿ ਗਿਆ ਤੇ ਮੈਂ ਆ ਗਿਆ ਹਿੰਦੁਸਤਾਨ, ਇੱਥੇ ਆ ਗਈ ਮੈਂ। ਜੇ ਮੈਨੂੰ ਅਣਜਲ ਮੇਰਾ ਕਿਤੇ ਲੈ ਜੇ ਖਿੱਚ ਜੇ ਖਿੱਚ ਕੇ, ਤੇ ਮੈਂ ਕਰ ਰਿਹਾ ਮਾਨ ਮਹਾਨ। ਪਿੰਡ ਮੇਰਾ ਸਪਾਲ ਹੈ, ਰਹਾਂ ਪੰਜਾਬ ਦੇ ਵਿੱਚ, ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਮੁਕਤਸਰ, ਜੋ ਮੁਕਤੀ ਦਾ ਘਰ ਹਰਦੀਪ ਸਿੰਘ ਕੰਧੂ ਸੰਧੂ ਕਹਿੰਦਾ ਮਲੋਟ ਵਾਲਾ ਮੁਕਤਸਰੀਆ, ਜੋ ਗੁਰੂਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਨ, ਜੋ ਮਿਸਲਾਂ ਵਿੱਚੋਂ ਮਿਸਲ ਮਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਸੰਧੂ ਸਾਹਿਬ ਧੰਨਵਾਦ। ਅੱਜ ਦੀ ਜ਼ਿੰਦਗੀ ਦੇ ਵਿੱਚ ਉਹ ਜਮਰੌਦ, ਪਿਸ਼ਾਵਰ, ਮੁਲਤਾਨ, ਉਹ ਲੱਗਦਾ ਆਮ, ਪਰ ਜਿਹੜੇ ਦਰੇ ਦੇ ਵਿੱਚ ਦੀ ਧਾੜਵੀ ਆ ਕੇ ਸਦੀਆਂ ਤੱਕ ਉਸ ਧਰਤ ਨੂੰ ਲਤਾੜਦੇ ਰਹੇ, ਉੱਥੇ ਜਿਹੜਾ ਬੰਨ ਉਹਨੂੰ ਰੋਕਣਾ, ਉਹ ਬਹੁਤ ਵੱਡੀ ਕਹਾਣੀ ਹੈ, ਸੌਖੀ ਗੱਲ ਨਹੀਂ ਹੈ। ਇਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ ਜਰਨੈਲ ਹਰੀ ਸਿੰਘ ਨਲਵਾ। ਵੱਧ ਤੋਂ ਵੱਧ ਪੜ੍ਹਿਆ ਜਾ ਸਕਦਾ ਯੂਟਿਊਬ ਤੇ, ਉਹਨਾਂ ਦੇ ਵੀਡੀਓਜ਼ ਬਹੁਤ ਨੇ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਛ ਕੀਤਾ। ਤੇ ਕਨੈਕਸ਼ਨ ਪਰਿਵਾਰਾਂ ਦਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਤੋਂ ਲੈ ਕੇ ਦਾਦੇ ਤੇ ਪੜਦਾਦੇ ਤੋਂ, ਤੇ ਉਧਰ ਹਰਦਾਸ ਸਿੰਘ ਦੇ ਪਰਿਵਾਰ ਦੇ ਵਿੱਚੋਂ ਗੁਰਦਿਆਲ ਸਿੰਘ ਤੇ ਹਰੀ ਸਿੰਘ ਨਲਵਾ। ਗੁਜਰਾਂ ਵਾਲੇ ਹਵੇਲੀ ਹਲੇ ਵੀ ਸਰਦਾਰ ਦੀ ਉਸ ਤਰ੍ਹਾਂ ਹੀ ਹੈ। ਇਤਿਹਾਸ ਤੁਹਾਨੂੰ ਜਿਹੜਾ ਉਹ ਮਾਣ ਦਿੰਦਾ ਦੁਬਾਰਾ, ਪਰ ਜੇ ਤੁਹਾਨੂੰ ਇਤਿਹਾਸ ਦਾ ਸ਼ੌਕ ਹੋਵੇ, ਤੁਸੀਂ ਪੜ੍ਹਨਾ ਜਾਣਦੇ ਹੋਵੋ। ਇੱਕ ਕਿਤਾਬ ਮੈਂ ਬਹੁਤ ਵਾਰ ਤੁਹਾਨੂੰ ਕਿਹਾ ਵੀ ਪੜ੍ਹਨ ਵਾਲੀ ਆ, ਸਿੱਖ ਰਾਜ ਕਿਵੇਂ ਬਣਿਆ, ਬਹੁਤ ਛੋਟੀ ਕਿਤਾਬ ਆ ਸਰਦਾਰ ਸੋਹਣ ਸਿੰਘ ਸੀਤਲ ਦੀ, ਤੇ ਤੁਹਾਡੀ ਜ਼ਿੰਦਗੀ ਦੇ ਖਾਸ ਦੀਆਂ ਤਵਾਰੀਖਾਂ ਉਹਦੇ ਚ। ਅਖੀਰ ਚ ਇੱਕ ਗੀਤ ਤੁਹਾਡੇ ਲਈ ਇਸ ਵੱਡੇ ਸ਼ਹੀਦੀ ਦਿਨ ਦੇ ਸੰਬੰਧ ਚ, ਤੇ ਸੋਮਵਾਰ ਨੂੰ ਦੁਬਾਰਾ ਫੇਰ ਤੁਹਾਡੀ ਸੇਵਾ ਚ ਹਾਜ਼ਰ। ਰੱਬ ਰੱਖਾ।